ਵੇਲ ਨਹੀਂ ਹੈ, ਵੇਲ ਨਹੀਂ ਹੈ ਕਹਿ ਕੇ ਵਕਤ ਲੰਘਾਇਆ। ਵੇਲ ਨਹੀਂ ਹੈ, ਵੇਲ ਨਹੀਂ ਹੈ ਕਹਿ ਕੇ ਵਕਤ ਲੰਘਾਇਆ, ਰੱਬ ਕੀ ਕਹਿੰਦਾ ਬਹਿ ਕੇ ਸੁਣਨਾ ਕਦੇ ਖਿਆਲ ਨਾ ਆਇਆ। ਰੱਬ ਨੇ ਜਦ ਹੁਣ ਫੜਿਆ ਕੰਨੋਂ ਤੇ ਬੈਠ ਗਿਆ ਫਿਰ ਬੰਦਾ, ਰੱਬ ਵੀ ਸਬਕ ਸਿਖਾ ਕੇ ਛੱਡੂ ਤੇ ਬਣ ਜੂ ਬੰਦਾ ਬੰਦਾ। ਸਾਜ ਕੇ ਕਿਸ ਦੀ ਕੁਦਰਤ ਸਾਰੀ, ਸਾਜ ਕੇ ਇਸਨੇ ਕੁਦਰਤ ਸਾਰੀ ਇਹ ਸੰਸਾਰ ਬਣਾਇਆ, ਪੌਣ ਪਾਣੀ ਬੇਸੰਤਰ ਵਾਲਾ ਸਾਰਾ ਖੇਡ ਰਚਾਇਆ। ਖਾਣ ਪੀਣ ਲਈ ਫਲ ਫੁੱਲ ਸਬਜ਼ੀ ਕਿੰਨੇ ਅੰਨ ਉਗਾਏ, ਕਿਧਰੇ ਸਾਗਰ ਮਾਰੂ ਥਲ 'ਤੇ ਕਿਤੇ ਪਹਾੜ ਬਣਾਏ। ਪਸ਼ੂ ਪੰਛੀਆਂ ਜੀਵ ਜੰਤੂਆਂ ਸਭ ਲਈ ਰੈਣ ਬਸੇਰਾ, ਬੰਦੇ ਨੂੰ ਸਰਦਾਰੀ ਬਖਸ਼ੀ ਦਿੱਤਾ ਮਾਣ ਬਥੇਰਾ, ਸੋਚਣ ਦਾ ਕੁਝ ਨਵਾਂ ਕਰਨ ਦਾ ਬੰਦੇ ਨੂੰ ਵਰ ਦਿੱਤਾ, ਸੋਚਣ ਦਾ ਕੁਝ ਨਵਾਂ ਕਰਨ ਦਾ ਬੰਦੇ ਨੂੰ ਵਰ ਦਿੱਤਾ, ਜੀਵਨ ਸੌਖਾ ਹੋਜੂ ਉਸਨੂੰ ਗਿਆਨ ਨਾਲ ਭਰ ਦਿੱਤਾ, ਜੀਵਨ ਸੌਖਾ ਹੋਜੂ ਉਸਨੂੰ ਗਿਆਨ ਨਾਲ ਭਰ ਦਿੱਤਾ। ਬਹੁਤ ਹੀ ਵਧੀਆ ਲਾਈਨਾਂ ਜੀ ਇਹ, ਬਹੁਤ ਜ਼ਿੰਦਗੀ ਦੀਆਂ ਸੱਚਾਈਆਂ ਪੇਸ਼ ਕਰਦੀਆਂ ਲਾਈਨਾਂ ਨੇ। ਇਹਨਾਂ ਲਾਈਨਾਂ ਨਾਲ ਮੈਂ ਹਾਜ਼ਰ ਹਾਂ ਜਗਤਾਰ ਸਿੰਘ ਜੱਗੀ, ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਹੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਲਾਈਨਾਂ ਜਿਹੜੀਆਂ ਜੀ ਬੜੀਆਂ ਕਮਾਲ ਦੀਆਂ ਨੇ, ਔਰ ਇਹਦੇ 'ਚ ਵਾਕਿਆ ਹੀ ਮੈਂ ਪੜ੍ਹ ਵੀ ਰਿਹਾ ਸੀ ਕਿਤੇ, ਕੋਈ ਅੰਗਰੇਜ਼ੀ ਸ਼ਾਇਰ ਲੇਖਕ ਸੀਗਾ ਉਹਦਾ ਮੈਂ ਪੜ੍ਹ ਰਿਹਾ ਸੀਗਾ, ਉਹ ਕਹਿੰਦਾ ਵੀ ਅਸੀਂ ਇਨਸਾਨ ਜਿਹੜੇ ਹਾਂ ਰੱਬ ਨੂੰ ਪੂਜੀ ਜਾਂਦੇ ਹਾਂ, ਵੀ ਰੱਬ ਨੂੰ ਰੱਬ ਸਮਝ ਕੇ ਰੱਬ ਪਤਨੀ ਇਹਦੇ 'ਚ ਆ, ਰੱਬ ਆਹ ਇਸ ਮੂਰਤੀ 'ਚ ਆ, ਉਸ ਮੂਰਤੀ 'ਚ ਉਹਨੂੰ ਪੂਜੀ ਜਾਂਦੇ, ਜਿਹੜਾ ਅਸਲੀ ਰੱਬ ਹੈ ਕੁਦਰਤ ਉਹਨਾਂ ਨੂੰ ਅਸੀਂ ਮਾਰੀ ਜਾਂਦੇ ਹਾਂ। ਮਤਲਬ ਕਹਿਣ ਦਾ ਉਹ ਕਹਿੰਦੇ ਵੀ ਕੁਦਰਤ ਰੱਬ ਤਾਂ ਦਰੱਖਤਾਂ ਦੇ ਵਿੱਚ ਵੀ ਹੈ, ਜਿਹੜੇ ਅਸੀਂ ਵੱਢੀ ਜਾਂਦੇ ਹਾਂ ਤੁਹਾਡਾ ਧੜ ਵੱਢੀ ਜਾਂਦੇ ਹਾਂ, ਰੱਬ ਪਾਣੀਆਂ ਦੇ ਵਿੱਚ ਦੀ ਹੈ ਵੀ ਜਿਹੜਾ ਆਪਾਂ ਖਤਮ ਕਰੀ ਜਾਂਦੇ ਪਾਣੀ ਸਾਰਾ, ਅਤੇ ਪਰਮਾਤਮਾ ਤਾਂ ਹਰ ਚੀਜ਼ ਦੇ ਵਿੱਚ ਹੈਗਾ ਜਿਹੜੀ ਅਸੀਂ ਖਤਮ ਕਰੀ ਜਾਂਦੇ ਹਾਂ, ਔਰ ਅਸੀਂ ਸਿਰਫ ਦੂਜਾ ਉਹਦਾ ਪੂਜੀ ਜਾਂਦੇ ਹਾਂ, ਉੱਦਾਂ ਰੱਬ ਦੀਆਂ ਬਖਸ਼ੀਆਂ ਹੋਈਆਂ ਚੀਜ਼ਾਂ ਖਤਮ ਕਰੀ ਜਾਂਦੇ ਹਾਂ। ਹਵਾ ਜੇ ਰੱਬ ਕਿਤੇ ਬਿੱਲ ਲੈਣ ਲੱਗ ਪਏ ਬਿਜਲੀ ਦਾ, ਹੁਣ ਮੈਂ ਦੇਖਿਆ ਜੇ ਕੈਲੀਫੋਰਨੀਆ ਦੀ ਗੱਲ ਕਰੀਏ ਗਰਮੀਆਂ ਦੇ ਵਿੱਚ ਬਿਜਲੀ ਦਾ $300-400 ਤਾਂ ਬਿੱਲ ਆ ਜਾਂਦਾ ਹੈ ਜੇ ਘਰ ਦੇ ਚਾਰਜ ਹੀ ਹੈਗੇ, ਏ ਸੀ ਉਸੀ ਚੱਲਦੇ ਆ। ਅਤੇ ਜੇ ਰੱਬ ਆਪਾਂ ਨੂੰ ਇਹ ਦਿੰਦਾ ਹੈ ਰੌਸ਼ਨੀ ਲਗਭਗ, ਅੱਜ ਕੱਲ੍ਹ ਤਾਂ ਵਾਹਵਾ ਘੰਟੇ ਮੇਰੇ ਖਿਆਲ 12-13 ਘੰਟੇ ਤੋਂ ਵੀ ਉੱਪਰ ਹੈਗੀ ਹੈ 14 ਘੰਟੇ ਰੌਸ਼ਨੀ, ਅਤੇ ਜੇ ਕਿਤੇ ਉਹਦਾ ਬਿੱਲ ਲੈਣ ਲੱਗ ਜੇ ਤਾਂ ਮੇਰਾ ਖਿਆਲ ਆ ਵੀ ਕੀ ਬਣੂ ਬੰਦੇ ਦਾ ਹਿਸਾਬ ਲਾ ਲਓ। ਅਸੀਂ ਉਹ ਚੀਜ਼ਾਂ ਰੱਬ ਦੀਆਂ ਜਿਹੜੀਆਂ ਹੈਗੀਆਂ ਉਹਨਾਂ ਦੀ ਕਦਰ ਨਹੀਂ ਕਰਦੇ ਤਾਂ ਊਂ ਪੂਜੀ ਜਾਂਦੇ ਹਾਂ। ਇੱਕ ਕੋਵਿਡ ਦੌਰਾਨ ਸੀ ਕਿੱਸਾ ਹੋਇਆ, ਤੁਹਾਡੇ ਨਾਲ ਸਾਂਝਾ ਕੀਤਾ ਸੀ ਪਹਿਲਾਂ ਵੀ, ਕੋਈ ਬਜ਼ੁਰਗ ਸੀ ਕੋਵਿਡ ਦੌਰਾਨ ਹਸਪਤਾਲ ਦੇ ਵਿੱਚ ਦਾਖਲ ਹੋਇਆ, ਬਿੱਲ ਬਣਿਆ 2-3-4 ਲੱਖ ਨੈਗੇਟਿਵ ਆ ਗਿਆ, ਜਦੋਂ ਛੁੱਟੀ ਮਿਲ ਗਈ ਅਤੇ ਕਾਰ 'ਚ ਬਿਠਾ ਕੇ ਉਹਨੂੰ ਘਰ ਨੂੰ ਲਿਆਉਣ ਲੱਗੇ, ਅਤੇ ਹਸਪਤਾਲ ਦਾ ਕੋਈ ਬੰਦਾ ਜਿਹੜਾ ਸੀ ਅਕਾਊਂਟ ਅਕੂੰਟ ਵਾਲਾ ਭੱਜਾ ਭੱਜਾ ਆਇਆ, ਉਹ ਕਹਿੰਦੇ ਜੀ ਕੀ ਗੱਲ, ਉਹ ਕਹਿੰਦੇ ਜੀ ਬਿੱਲ ਤੁਹਾਡਾ ਰਹਿ ਗਿਆ ਥੋੜ੍ਹੇ ਜਿਹਾ, ਬਾਕੀ ਸਾਰਾ ਬਿੱਲ ਹੋ ਗਿਆ। ਇੱਕ ਤੁਹਾਡਾ ਨਾ 3 ਦਿਨ ਦਾ ਆਕਸੀਜਨ ਦਾ ਬਿੱਲ ਸੀ 20-25 ਹਜ਼ਾਰ, ਆਕਸੀਜਨ ਤੁਹਾਨੂੰ ਲਾਈ ਸੀ 3 ਦਿਨ ਵਾਸਤੇ, ਅਤੇ ਉਹ ਬਿੱਲ ਆਕਸੀਜਨ ਦਾ ਅਸੀਂ ਪਾਉਣਾ ਭੁੱਲ ਗਏ, ਅਤੇ ਬਜ਼ੁਰਗ ਸੀ ਸਿੱਧਾ ਸਾਧਾ ਕਹਿੰਦਾ ਵੀ ਭਾਈ ਆਕਸੀਜਨ ਕੀ ਹੁੰਦੀ ਹੈ, ਉਹ ਕਹਿੰਦੇ ਜੀ ਆਕਸੀਜਨ ਜਿੱਦਾਂ ਆਪਾਂ ਸਾਹ ਲੈਂਦੇ ਹਾਂ ਆਕਸੀਜਨ ਸਾਨੂੰ ਮਿਲਦੀ ਹਵਾ 'ਚੋਂ, ਉਹ ਇਹਨਾਂ ਨੇ ਨਕਲੀ ਦਿੱਤੀ ਸੀ। ਉਹ ਬਜ਼ੁਰਗ ਰੋਣ ਲੱਗ ਪਿਆ, ਉਹ ਹਸਪਤਾਲ ਕਹਿੰਦੇ ਕੀ ਗੱਲ ਬਜ਼ੁਰਗ 'ਚ ਪੈਸੇ ਨਹੀਂ ਆ, ਰਹਿਣ ਦਿਓ ਕੋਈ ਗੱਲ ਨਹੀਂ ਅਸੀਂ ਮਾਫ਼ ਕਰਦੇ, ਰੋਨੇ ਕਾ ਤੂੰ, ਕਹਿੰਦਾ ਪੈਸੇ ਕਰਕੇ ਨਹੀਂ ਹੁੰਦਾ, ਪੈਸੇ ਭਾਵੇਂ ਤੁਸੀਂ ਇੱਦੂ ਵੀ ਜ਼ਿਆਦਾ ਲਾ ਲਓ,
ਮੈਂ ਤਾਂ ਰੋਨਾ ਵੀ ਜਿਹੜੀ ਮੈਂ ਹੁਣ ਤੱਕ 70-75 ਸਾਲ ਰੱਬ ਕੋਲੋਂ ਆਕਸੀਜਨ ਲੈਂਦਾ ਰਿਹਾ, ਜੇ ਭਲਾ ਰੱਬ ਮੇਰੇ ਕੋਲੋਂ ਉਹਦਾ ਬਿੱਲ ਮੰਗ ਲਿਆ ਤਾਂ ਮੈਂ ਫਿਰ ਕੀ ਕਰੂੰਗਾ। ਸੋ ਇਹ ਚੀਜ਼ਾਂ ਲਾਈਨਾਂ ਸ਼ਾਇਰੀ ਜਿਹੜੀ ਹੁੰਦੀ ਆ ਥੋੜ੍ਹੇ ਸ਼ਬਦਾਂ 'ਚ ਕਹਿਣ ਵਾਲੀ ਬੜੀ ਵੱਡੀ ਗੱਲ ਹੁੰਦੀ ਆ। ਅਤੇ ਨਾਲ ਦੀ ਨਾਲ ਅੱਜ 27 ਜੂਨ ਦਾ ਦਿਨ ਆ ਜੀ। 27 ਜੂਨ ਨੂੰ ਅਸੀਂ ਜੇ ਸਾਡੇ ਸਿੱਖ ਇਤਿਹਾਸ ਵੱਲੋਂ ਦੇਖੀਏ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ 27 ਜੂਨ 1847 ਨੂੰ ਸ਼ਹੀਦ ਹੋਏ ਸੀਗੇ। ਉਹ ਸਾਡੇ ਬਹੁਤ ਸਲਿਊਟ ਕਰਦੇ ਹਾਂ ਜੀ। ਉਹਨਾਂ ਵਰਗਾ ਰਾਜ ਕਿਸੇ ਮੁਲਕ 'ਚ ਵੀ ਨਹੀਂ ਹੈਗਾ ਜਿਹੜਾ ਰਾਜ ਉਹ ਕਰ ਗਏ ਆ। ਭਾਰਤ ਦੀ ਗੱਲ ਛੱਡੋ, ਕਿਸੇ ਮੁਲਕ ਦੇ ਵਿੱਚ ਵੀ ਉਹਨਾਂ ਵਰਗਾ ਰਾਜ ਹੈ ਨਹੀਂ ਜਿਹੜਾ ਰਾਜ ਉਹ ਕਰ ਗਏ। ਆਪਾਂ ਬਹੁਤ ਵਾਰੀ ਇਸ ਗੱਲ ਕੀਤੀ ਹੈ। ਚਲੋ, ਸਾਡੇ ਯੋਧੇ ਸੀ ਜੀ ਮਹਾਰਾਜਾ ਰਣਜੀਤ ਸਿੰਘ, ਸ਼ੇਰੇ ਪੰਜਾਬ ਦਾ ਖਿਤਾਬ ਉਹਨਾਂ ਨੂੰ ਮਿਲਿਆ ਐਵੇਂ ਨਹੀਂ ਮਿਲਿਆ। ਔਰ ਇਹ ਵੀ ਜ਼ਿਕਰ ਆਪਾਂ ਕੀਤਾ ਕਈ ਵਾਰੀ ਕਿ ਉਹ ਵਾਕਿਆ ਹੀ ਉਹਨਾਂ ਦੇ ਰਾਜ ਦੇ ਵਿੱਚ ਬਾਹਰਲੇ ਮੁਲਕਾਂ ਤੋਂ ਗੋਰੇ ਨੌਕਰੀਆਂ ਕਰਨ ਭਾਰਤ ਜਾਂਦੇ ਸੀਗੇ ਬਹੁਤ ਸਾਰੇ। ਹੁਣ ਅਸੀਂ ਇੱਧਰ ਆਉਂਦੇ ਹਾਂ। ਚਲੋ ਖੈਰ, 27 ਜੂਨ ਦੀ ਗੱਲ ਕਰੀਏ ਤਾਂ ਕੁਛ ਬੰਦੇ ਨੂੰ ਆ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਚੀਜ਼ਾਂ 27 ਜੂਨ ਨੂੰ ਦੂਸਰੇ ਤਰ੍ਹਾਂ ਲੈ ਰਹੇ ਵੀ ਜਿੱਦਾਂ ਜੂਨ ਸਾਡੀ ਅਸੀਂ ਬੰਦੇ ਦੀ ਜੂਨੇ ਹਾਂ, ਕੋਈ ਕੁੱਤੇ ਦੀ ਜੂਨੇ, ਬਿੱਲੇ ਦੀ ਜੂਨੇ ਹਾਂ, ਉਸ ਜੂਨ ਨੂੰ ਲਿਖ ਕੇ ਮਹੀਨੇ ਨੂੰ ਛੱਡ ਕੇ ਉਹ ਜੂਨ ਲਿਖ ਕੇ 27 ਜੂਨ 27 ਦਾ ਮਤਲਬ 27 ਹੋਈ ਜੂਨ। ਅੱਜ ਕਿਤੇ 27 ਹੋਈ ਜੂਨ ਪਤੀਆਂ ਦਾ ਦਿਨ, ਅੱਜ ਪਤਨੀਆਂ ਵੱਲੋਂ 27 ਹੋਈ ਜੂਨ, ਪਤਨੀਆਂ ਵੱਲੋਂ 27 ਜੂਨ ਪਤੀਆਂ ਦਾ ਜਿਹੜਾ ਜਨਮ ਦਿਨ ਜਾਂ ਅੱਜ ਉਹਨਾਂ ਦਾ ਦਿਨ ਹੈਗਾ। ਖੈਰ, ਆਪੋ ਆਪਣੇ ਸ਼ੁਗਲ ਮੇਲੇ ਤੌਰ 'ਤੇ ਸੋਸ਼ਲ ਮੀਡੀਆ 'ਤੇ ਬੜਾ ਕੁਛ ਆਉਂਦਾ ਰਹਿੰਦਾ, ਅਸੀਂ ਦੇਖਦੇ ਰਹਿੰਦੇ ਹਾਂ, ਕੁਛ ਚੰਗਾ ਵੀ ਹੁੰਦਾ ਮਾੜਾ ਵੀ ਹੁੰਦਾ। ਰਾਤੀ ਗੱਲ ਕੀਤੀ ਸੀਗੀ ਅਤੇ ਅੱਜ ਗੱਲ ਜਿਹੜੀ ਮੈਂ ਰਾਤੀ ਕੀਤੀ ਸੀ ਉੱਤੇ ਮੈਂ ਕਾਫੀ ਘੋਖ ਪੜਤਾਲ ਕੀਤੀ ਸੀ ਪੁਨਰ ਜਨਮ ਵਾਲੀ ਜਿਹੜੀ ਹੈ ਉਹਦੇ, ਤਾਂ ਮੈਂ ਕਹਿੰਦਾ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਆ, ਉਹ ਅਸੀਂ ਥੋੜ੍ਹੀ ਦੇਰ ਬਾਅਦ ਗੱਲ ਕਰਾਂਗੇ। ਪਹਿਲਾਂ ਜਿਹੜੀ ਆਪਾਂ ਪੰਜਾਬ ਦੀ ਜਿਵੇਂ ਗੱਲ ਕਰਦੇ ਹੁੰਦੇ ਉਹ ਗੱਲ ਕਰ ਲੈਂਦੇ ਹਾਂ। ਇੱਕ ਤਾਂ ਮੀਂਹ ਪਿਆ ਪੰਜਾਬ ਦੇ ਵਿੱਚ, ਕਦੇ ਚੰਗਾ ਭਾਰਤ ਦੇ ਵਿੱਚ ਹੀ ਪਿਆ ਸਾਰੇ ਮੀਂਹ, ਬਹੁਤ ਚੰਗਾ ਪਿਆ, ਸੋਹਣਾ ਦੱਬ ਕੇ ਜਿਹਨੂੰ ਅਸੀਂ ਕਹਿੰਦੇ ਹਾਂ। ਅਤੇ ਪਹਿਲੇ ਦਿਨ ਹੀ ਕਹਿੰਦੇ ਵੀ ਜਲ ਥਲ ਹੋ ਗਈ, ਪਹਿਲੇ ਦਿਨ ਹੀ ਸਰਕਾਰਾਂ ਦੇ ਭੇਦ ਖੁੱਲ੍ਹ ਗਏ ਅਤੇ ਮੀਂਹ ਰਾਹ ਬੰਦ, ਬੁਰਾ ਹਾਲ, ਲੋਕ ਦੁਖੀ ਹੋ ਗਏ ਪਹਿਲੇ ਮੀਂਹ ਤੋਂ ਹੀ। ਆਪਾਂ ਪਹਿਲੇ ਮੀਂਹ ਤੋਂ ਲੋਕ ਦੁਖੀ ਹੋ ਗਏ ਤਾਂ ਗਾਂਹ ਹਜੇ ਆਉਣ ਵਾਲੇ ਸਮੇਂ 'ਚ ਕੀ ਬਣੂਗਾ ਕੀ ਨਹੀਂ ਬਣੂਗਾ ਇਹ ਸਮਾਂ ਦੱਸੂਗਾ। ਚਲੋ, ਪੰਜਾਬ ਦੇ ਵਿੱਚ ਵੀ ਬੜਾ ਕੁਛ ਹੋਇਆ। ਬਿਹਾਰ ਦੇ ਵਿੱਚ 60-70 ਫੁੱਟ ਲੰਬਾ ਸੀ ਪੁਲ ਸੀ, ਸੜਕ ਸੀ, ਉਹ ਟੁੱਟ ਗਈ। ਪੰਜਾਬ ਦੇ ਵਿੱਚ ਵੀ ਬੜੇ ਰਸਤੇ ਉਸਤੇ ਬੰਦ ਹੋਏ। ਪਰ ਅਯੁੱਧਿਆ ਦਾ ਮੰਦਰ ਜਿਹੜਾ ਬਣਿਆ ਸੀ, ਨਵਾਂ ਨਵਾਂ ਬਣਿਆ, ਬੜੇ ਵੱਡੇ ਵੱਡੇ ਉੱਥੇ ਇੰਜੀਨੀਅਰ ਅਤੇ ਬੜੇ ਵੱਡੇ ਵੱਡੇ ਮਿਸਤਰੀ ਲੱਗੇ ਅਤੇ ਕਾਹਲੀ ਦੇ ਵਿੱਚ ਉਹਨੂੰ ਤਿਆਰ ਕੀਤਾ ਗਿਆ ਸੀਗਾ। ਅੱਧਾ ਤਿਆਰ ਕਰਕੇ ਵੋਟਾਂ ਕਰਕੇ ਉਹਦਾ ਉਦਘਾਟਨ ਕਰ ਦਿੱਤਾ ਗਿਆ ਸੀ, ਮੋਦੀ ਸਾਹਿਬ ਉਹਦਾ ਉਦਘਾਟਨ ਕਰ ਰਹੇ ਸੀ। ਇਹ ਹੁਣ ਕੁਦਰਤ ਦਾ ਕਹਿ ਲਈਏ ਕਿ ਇੰਜੀਨੀਅਰਾਂ ਦੀ ਅਣਗਹਿਲੀ ਗਲਤੀ ਕਹਿ ਲਈਏ, ਜੇ ਕੁਦਰਤ ਦਾ ਹੀ ਕਹਿਣਾ ਹੋਵੇ ਫਿਰ ਤਾਂ ਉਦੋਂ ਪਹਿਲਾਂ ਥੋੜ੍ਹਾ ਪਿੱਛੇ ਵੀ ਜਾਣਾ ਬਣਦਾ ਕਿ ਅਯੁੱਧਿਆ ਦੇ ਵਿੱਚੋਂ ਜਿੱਥੇ ਰਾਮ ਮੰਦਰ ਬਣਾਇਆ ਗਿਆ ਸਿਰਫ ਵੋਟਾਂ ਕਰਕੇ ਉਹਨੂੰ ਜਲਦੀ ਨਾਲ ਉਦਘਾਟਨ ਕੀਤਾ ਗਿਆ, ਉੱਥੋਂ ਦੇ MP ਜਿਹੜੇ ਆ ਉਹ BJP ਦੇ MP ਬੁਰੀ ਤਰ੍ਹਾਂ ਹਾਰੇ ਸੀ ਉੱਥੋਂ। ਚਲੋ, ਉਹ ਕਹਿੰਦੇ ਵੀ ਚਲੋ ਕੁਦਰਤ ਦੇ ਖੇਡ ਹੈ। ਹੁਣ ਇਹਦੇ 'ਚ ਵੀ ਕੁਦਰਤ ਦੀ ਖੇਡ ਲੱਗਦੀ ਹੈ। ਉਹਦੀਆਂ ਭਾਈ ਕਹਿੰਦੇ ਮੰਦਰ ਦੀਆਂ ਛੱਤਾਂ 'ਚ ਆਉਣ ਲੱਗ ਪਈਆਂ, ਮੰਦਰ ਦੇ ਬਾਹਰ ਜਿਹੜੇ ਪੱਥਰ ਪੁੱਥਰ ਲਾਏ ਸੀਗੇ ਉਹ ਉੱਖੜ ਗਏ, ਉਹ ਵੀਡੀਓ ਬੜੀਆਂ ਵਾਇਰਲ ਹੋ ਰਹੀਆਂ, ਬੜਾ ਕੁਛ ਇਹ ਹੋਇਆ। ਸੋ ਮੀਂਹ ਦਾ ਪਹਿਲਾ ਪ੍ਰਭਾਵ ਜਿਹੜਾ ਪਿਆ ਵਾ, ਛੱਤ ਜਿਹੜੀ ਚੋਂਦੀ ਆ ਉਹਦੀ ਅਯੁੱਧਿਆ ਦੀ, ਠੀਕ ਕਰ ਦੇਣਗੇ, ਉਹ ਤਾਂ ਕੋਈ ਐਡੀ ਗੱਲ ਹੈ ਨਹੀਂ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਧਰਮ ਦੇ ਮਾਮਲੇ 'ਚ ਵੀ ਉਹੋ ਹੀ ਗੱਲਾਂ ਨੇ ਜਿੱਦਾਂ ਆਪਾਂ ਪਹਿਲਾਂ ਖਬਰਾਂ ਖੁਬਰਾਂ ਪੜ੍ਹਦੇ ਹੁੰਦੇ, ਪੁਲ ਬਣਿਆ ਉਦਘਾਟਨ ਤੋਂ ਪਹਿਲਾਂ ਢਹਿ ਗਿਆ। ਅੱਛਾ, ਕਈ ਪੁਲ ਐਸੇ ਵੀ ਬਣੇ ਨੇ ਭਾਰਤ ਦੇ ਵਿੱਚ ਜਿਹੜਾ ਉਦਘਾਟਨ ਕਰਨ ਵਾਸਤੇ ਮੰਤਰੀ ਗਿਆ ਅਤੇ ਉਦੋਂ ਹੀ ਡਿੱਗ ਪਿਆ ਉਦਘਾਟਨ ਕਰਦੇ ਕਰਦੇ।
ਪਰ ਇਹ ਮੰਦਰ ਦੇ ਮਾਮਲੇ 'ਚ ਇਸ ਤਰ੍ਹਾਂ ਹੋਇਆ, ਇਹ ਥੋੜ੍ਹੀ ਜਿਹਾ ਗੱਲ ਤਾਂ ਹੈਗੀ ਔਖੀ। ਚਲੋ ਅੱਛਾ, ਕੱਲ ਪਰਸੋਂ ਗੱਲ ਕੀਤੀ ਯੋਗਾ ਵਾਲੀ ਕੁੜੀ ਦੀ ਗੱਲ ਕੀਤੀ ਜਿਹੜੀ ਉੱਥੋਂ ਦੀ ਅਵੰਕਰਤਾ ਬਨਕੀ ਨਾਂ ਉਹਦਾ ਹੈਗਾ ਅੰਮ੍ਰਿਤਸਰ ਹਰਿਮੰਦਰ ਸਾਹਿਬ ਜਿਹੜੀ ਕਰਦੀ ਸੀ, ਉਹ ਮਤਲਬ ਕਿ ਹੁਣ ਉਹ ਬਿਆਨ ਦੇ ਰਹੀ ਹੈ ਕਿ ਜੇ ਐੱਸ ਜੀ ਪੀ ਸੀ ਨੇ FIR ਵਾਪਸ ਨਾ ਲਈ ਤਾਂ ਮੈਂ ਵੀ ਫਿਰ ਤਿਆਰ ਹਾਂ, ਆ ਜਾਓ ਫਿਰ। ਔਰ ਇਹ ਗੱਲਾਂ ਜਿਹੜੀਆਂ ਹੈਗੀਆਂ ਇਹ ਇਹਦੇ ਪਿੱਛੇ ਵਾਕਿਆ ਹੀ ਲੱਗਦਾ ਕਿ ਭਾਈ ਉਹ ਕੁੜੀ ਆਪ ਬਿਆਨ ਨਹੀਂ ਦੇ ਰਹੀ। ਪਹਿਲੀ ਗੱਲ ਤਾਂ ਆਪਣੇ ਜੇ ਭਲੇ ਘਰਾਂ ਦੀਆਂ ਕੁੜੀਆਂ ਹੋਣਗੀਆਂ, ਜੇ ਵਾਕਿਆ ਹੀ ਉਹਦੀ ਧਰਮ ਦੇ ਵਿੱਚ ਆਸਥਾ ਹੋਊਗੀ ਕਿਸੇ ਵੀ ਧਰਮ ਦੇ ਵਿੱਚ, ਤਾਂ ਉਹ ਇਹ ਗੱਲ ਇਸ ਗੱਲ ਪਹੁੰਚਦੀ ਨਹੀਂ, ਉਹ ਆ ਕੇ ਮਾਫ਼ੀ ਮੰਗ ਲੈਂਦੀ ਅਤੇ ਉਹਨੇ ਗੱਲ ਜਾਣ ਕੇ ਵਧਾਉਣ ਦੀ ਕੋਸ਼ਿਸ਼ ਕੀਤੀ ਹੈ, ਬਿਆਨ ਬਿਊਨ ਦੇ ਕੇ ਗੱਲ ਵਧਾਉਣ ਦੀ ਕੋਸ਼ਿਸ਼ ਕੀਤੀ। 30 ਜੂਨ ਤੱਕ ਤੈਨੂੰ ਬੁਲਾਇਆ ਅੰਮ੍ਰਿਤਸਰ ਪੁਲਿਸ ਨੂੰ, ਜਾ ਕੇ ਕਹਿ ਦੇ ਸੋਰੀ ਤੂੰ ਕਹਿਤੀ ਇੱਕ ਵਾਰੀ ਪਹਿਲਾਂ ਗੱਲ ਨਿਬੜ ਗਈ ਹੈ ਅਤੇ FIR ਆਪੇ ਖਤਮ ਹੋ ਜਾਣੀ ਜਦੋਂ ਤੂੰ ਪੁਲਿਸ ਨੇ ਤੈਨੂੰ ਬੁਲਾਇਆ ਜਦੋਂ ਅਤੇ, ਪਰ ਇਹ ਜਾਣ ਬੁੱਝ ਕੇ ਇਸ ਗੱਲ ਨੂੰ ਵੀ ਤੁਲ ਦਿੱਤੀ ਜਾ ਰਹੀ ਹੈ, ਚੱਕਿਆ ਜਾ ਰਿਹਾ ਕਿ ਇਹਦਾ ਹੋਰ ਕੋਈ ਵੱਡਾ ਮਸਲਾ ਬਣਾਈਏ। ਸੋ ਇਹਦੇ ਤੋਂ ਲੱਗਦਾ ਪੱਕਾ ਕਿ ਭਾਈ ਇਹਦੇ ਪਿੱਛੇ ਕੋਈ ਗੱਲ ਹੈਗੀ ਆ। ਔਰ ਇਹ ਖੈਰ ਅਸੀਂ ਜੇ ਕਿਸੇ ਵੀ ਧਰਮ ਨੂੰ ਮੰਨਦੇ ਹਾਂ, ਅਸੀਂ ਮੰਨ ਲਓ ਸਿੱਖ ਧਰਮ ਨੂੰ ਮੰਨਦੇ ਹਾਂ ਅਤੇ ਜਾਂਦੇ ਸਾਰੇ ਧਰਮਾਂ ਦੇ ਆ, ਹਰ ਬੰਦਾ ਜਾਂਦਾ ਗੁਰੂ ਘਰ, ਹਰ ਧਰਮ ਦੇ ਬੰਦੇ ਆਉਂਦੇ ਨੇ ਅਤੇ ਅਸੀਂ ਇਹ ਘੱਟੋ ਘੱਟ ਜੇ ਅਸੀਂ ਦੁਰਗਿਆਣਾ ਮੰਦਰ ਜਾਂਦੇ ਹਾਂ, ਰਾਮ ਤੀਰਥ ਜਾਂਦੇ ਹਾਂ, ਬਾਬਾ ਬਾਲਕ ਨਾਥ ਜਾਂਦੇ ਹਾਂ, ਅਜਮੇਰ ਸ਼ਰੀਫ ਜਾਂਦੇ ਹਾਂ ਜਾਂ ਕਿਤੇ ਹੋਰ ਜਾਂਦੇ ਹਾਂ ਅਤੇ ਘੱਟੋ ਘੱਟ ਸਾਨੂੰ ਉੱਥੋਂ ਦੀਆਂ ਉਦੋਂ ਮਰਿਆਦਾ ਦਾ ਪਤਾ ਹੁੰਦਾ ਨਾ ਜੀ, ਇੱਥੇ ਸਿਰ ਢੱਕ ਕੇ ਜਾਣਾ, ਇੱਥੇ ਆਹ ਨਹੀਂ ਕਰ ਸਕਦੇ, ਇੱਥੇ ਉਹ ਨਹੀਂ ਕਰ ਸਕਦੇ। ਅਤੇ ਇੱਥੇ ਵੀ ਇਹਨੂੰ ਨਿਆਣੀ ਤਾਂ ਹੈ ਨਹੀਂ ਇਹ, ਪਰ ਉਹ ਜਾਣ ਕੇ ਇਹਨੂੰ ਹੁਣ ਹੋਰੀ ਪਾਸੇ ਗੱਲ ਜਾਣ ਦੀ ਕੋਸ਼ਿਸ਼ ਕਰਦੀ ਹੈ ਅਤੇ ਬਣਦਾ ਦੇਖੋ ਕੀ ਹੈ, ਕੋਈ ਵੱਡੀ ਗੱਲ ਨਹੀਂ। ਤਾਂ ਹੁਣ ਆਪਾਂ ਅਮੈਰੀਕਾ ਦੀ ਇੱਕ ਗੱਲ ਕਰ ਲਈਏ, ਇੱਥੇ ਆਪਣੇ ਬਹੁਤ ਸਾਰੇ ਇੱਕ ਕੋਈ ਦੱਸਦਾ ਸੀ ਬੰਦਾ ਕਿਤੇ ਕੰਮ ਕਰਦਾ ਸੀਗਾ, ਕਹਿੰਦੇ ਉਹਨਾਂ ਨੂੰ ਲਿਖ ਕੇ ਲਾਇਆ ਵੀ ਜਿਹੜੇ ਸਿੰਘ ਨਾਂ ਦੇ ਇੰਪਲਾਈ ਆ ਉਹ ਉੱਥੇ ਅਪਲਾਈ ਨਾ ਕਰਨ, ਜਿਹਨਾਂ ਨਾਲ ਸਿੰਘ ਲੱਗਦਾ ਪਤਾ ਨਹੀਂ ਕੀ ਕਾਰਨ ਸੀ। ਚਲੋ ਚੁੱਪ ਕਰ ਗਿਆ। ਇੱਕ ਹੁਣ ਮਿਸ਼ੀਗਨ ਦੇ ਵਿੱਚ ਕੇਸ ਹੋਇਆ ਹੈ, ਕੋਈ ਕ੍ਰਿਸਚੀਅਨ ਬੰਦਾ ਸੀਗਾ ਟਰੈਕਿੰਗ ਕੰਪਨੀ 'ਚ ਕੰਮ ਕਰਦਾ ਅਤੇ ਉਹਨੂੰ ਉਹਨਾਂ ਨੇ ਇੱਦਾਂ ਉੱਥੋਂ ਦੇ ਜਿਹੜੇ ਮਾਲਕ ਨੇ ਕਿਸੇ ਨੇ ਟੋਰਚਰ ਕੀਤਾ, ਉਹਨੂੰ ਕਹਿ ਕੇ ਕੁਛ ਲਾ ਦੇਣ ਕਹਿ ਕੇ ਕਦੇ ਕੁਛ ਕਹਿ ਕੇ, ਅਤੇ ਉਹ ਪਹਿਲਾਂ ਚੁੱਪ ਰਿਹਾ, ਫਿਰ ਉਹਨਾਂ ਨੇ ਆਪਣੀ ਕੰਪਨੀ ਦੇ ਮਾਲਕਾਂ ਨੂੰ ਦੱਸਿਆ ਵੀ ਇੱਦਾਂ ਇੱਦਾਂ ਹੁੰਦੀ ਆ, ਉਹਨਾਂ ਨੇ ਕੋਈ ਗੱਲ ਗੁੱਲ ਨਾ ਬਾਹਲੀ ਗੋਲੀ ਤਾਂ ਉਹਨੇ ਕਰਤਾ ਕੇਸ। ਕੇਸ ਦੀ ਆਪਾਂ ਕੱਲ੍ਹ ਪਰਸੋਂ ਵੀ ਗੱਲ ਕੀਤੀ ਸੀ, ਹੰਦੂਜਾ ਵਾਲਾ ਕੇਸ, ਅਤੇ ਕੇਸ ਕਰ ਦਿੱਤਾ ਅਤੇ ਉਹ ਕੇਸ ਜਿਹੜਾ ਅਦਾਲਤ ਨੇ ਫਿਰ ਕੀ ਕੀਤਾ, ਉਸ ਬੰਦੇ ਨੂੰ 40,000 ਇੱਕ, ਕਿਉਂਕਿ ਉਹਨੂੰ ਜੋਬ ਛੱਡਣੀ ਪਈ, $40,000 ਅਤੇ $25,000 ਉਹਨੂੰ ਇਮੋਸ਼ਨਲੀ ਉਹਨੂੰ ਟੋਰਚਰ ਕਰਨ ਦੇ $25,000 ਉਹ ਜੋ ਦਵਾ ਤੇ ਆ $65,000। ਸੋ ਭਾਈ ਕਿਤੇ ਗਲਤ ਹੁੰਦਾ ਤਾਂ ਬੋਲ ਪੈਣਾ ਚਾਹੀਦਾ ਹੈ, ਅੱਗੇ ਹੋ ਕੇ ਹੌਸਲੇ ਨਾਲ ਹਿੰਮਤ ਨਾਲ ਉਹਦੀ ਸਾਹਮਣਾ ਕਰਨਾ ਚਾਹੀਦਾ। ਸੋ ਬੰਦੇ ਨੇ ਸਾਹਮਣਾ ਕੀਤਾ, ਨਾ ਇਹਦਾ ਚਾਰਜਸ ਆਰ ਕੁਛ ਸੀਗਾ, ਪਰ ਉਹ ਹੋ ਗਿਆ, ਉਹਨੂੰ ਮਿਲ ਗਿਆ, ਯਾਨੀ ਕਿ $65,000 ਗੌਰਮੈਂਟ ਨੇ ਉਹਨੂੰ ਦਵਾ ਤਾ। ਅਤੇ ਦੂਜੀ ਅਗਲੀ ਹੁਣ ਗੱਲ ਜੇ ਕਰੀਏ, ਪਹਿਲਾਂ ਉਹ ਸੈਮੀਫਾਈਨਲ ਗੱਲ ਰਹਿ ਗਈ, ਇੱਕ ਸੈਮੀਫਾਈਨਲ ਅੱਜ ਸੀਗਾ ਜੀ ਆਪਣੇ ਇੰਡੀਆ ਦਾ ਅਤੇ ਇੰਗਲੈਂਡ ਦਾ। ਪਿਛਲੇ ਸਾਲ ਜਿਹੜੇ ਬੰਦੇ ਇੰਟਰਸਟ ਰੱਖਦੇ ਆ ਜ਼ਰੂਰ ਦੇਖਿਆ ਹੋਏਗਾ, ਪਿਛਲੇ ਸਾਲ ਇੰਗਲੈਂਡ ਨੇ 10 ਵਿਕਟਾਂ ਨਾਲ ਹਰਾਇਆ ਸੀ ਸੈਮੀਫਾਈਨਲ ਭਾਰਤ ਨੂੰ, ਅਤੇ ਅੱਜ ਭਾਰਤ ਨੇ ਬੜੇ ਵਧੀਆ ਤਰੀਕੇ ਨਾਲ ਹਰਾਇਆ ਅਤੇ ਪਰਸੋਂ ਨੂੰ ਇੰਡੀਆ ਦਾ, ਅਤੇ ਹੁਣ ਫਾਈਨਲ ਜਿਹੜਾ ਹੈਗਾ ਉਹ ਇੰਡੀਆ ਅਤੇ ਸਾਊਥ ਅਫਰੀਕਾ ਦਾ ਫਾਈਨਲ ਹੋਣਾ ਹੈ। ਉਹ 'ਚ ਦੇਖੋ ਇੰਡੀਆ ਟੀਮ ਚੰਗੀ ਹੈ, ਖੈਰ ਬਹੁਤ ਬਹੁਤ ਮੁਬਾਰਕਾਂ ਇੰਡੀਆ ਟੀਮ ਨੂੰ। ਅਤੇ ਨਾਲ ਹੀ ਅਸੀਂ ਇੱਕ ਹੋਰ ਮਾਣ ਵਾਲੀ ਗੱਲ ਅੱਜ ਸਾਹਮਣੇ ਆਈ ਹੈ, ਅਸੀਂ ਕਹਿ ਦਿੰਦੇ ਹਾਂ ਹੈਗਾ ਵੈਸੇ ਐਸੀ ਗੱਲ ਨਹੀਂ, ਪਰ ਫਿਰ ਵੀ ਕਿ ਸਾਰੀ ਜਗ੍ਹਾ ਨਹੀਂ ਹੈ ਕਿ ਪੰਜਾਬ ਨਾਲ ਧੱਕਾ ਹੁੰਦਾ, ਪੰਜਾਬ ਨਾਲ ਆਹ ਹੁੰਦਾ, ਪੰਜਾਬ ਨੂੰ ਆਹ ਨਹੀਂ ਹੱਕ ਮਿਲਦੇ, ਉਹ ਨਹੀਂ ਮਿਲਦੇ।
ਪਰ ਚੰਗੀ ਗੱਲ ਇਹ ਹੈ ਕਿ ਭਾਰਤ ਦੀਆਂ ਜਿੰਨੀਆਂ ਵੀ ਹੁਣ ਟੀਮਾਂ ਹੈਗੀਆਂ ਨੇ, ਹੁਣ ਗਾਂਹ ਜਿਹੜਾ ਜ਼ਿੰਬਾਬਵੇ ਟੂਰ ਆਉਣਾ ਕ੍ਰਿਕਟ ਦੀ ਟੀਮ, ਉਹਦਾ ਕੈਪਟਨ ਪੰਜਾਬੀ ਸ਼ੁਭਮ ਗਿੱਲ, ਫੀਮੇਲ ਕੁੜੀਆਂ ਦੀ ਕ੍ਰਿਕਟ ਦੀ ਟੀਮ ਉਹਦੀ ਕੈਪਟਨ ਪੰਜਾਬਣ ਹਰਮਨਪ੍ਰੀਤ, ਬੜੀ ਦੇਰ ਤੋਂ ਬਣੀ ਹੋਈ ਹੈ। ਅੱਛਾ ਹੁਣ ਹਾਕੀ ਗਈ ਹੈ ਓਲੰਪਿਕ ਦੇ ਵਿੱਚ, ਉਹਦਾ ਕੈਪਟਨ ਤਾਂ ਪੰਜਾਬੀ ਹੈ ਹੀ ਹੈ, ਹਰਮਨਪ੍ਰੀਤ ਸਿੰਘ ਉਹਦਾ ਨਾਮ ਹੈ, ਕ੍ਰਿਕਟ ਵਾਲੀ ਕੁੜੀ ਦਾ ਨਾਮ ਵੀ ਹਰਮਨਪ੍ਰੀਤ ਕੌਰ ਆ, ਉਹਦਾ ਹਰਮਨਪ੍ਰੀਤ ਸਿੰਘ ਹੈ, ਉਹ ਕੈਪਟਨ ਇੰਡੀਆ ਦੀ ਟੀਮ ਦਾ ਹੈਗਾ। 9 ਪਲੇਅਰ ਹੋਰ ਨੇ ਹਾਕੀ ਦੇ ਵਿੱਚ ਪੰਜਾਬੀ, ਕਰਦੇ ਤਾਂ ਸਿਲੈਕਟ ਸੈਂਟਰ ਵਾਲੀ ਹੈ ਨਾ, ਇੰਡੀਆ ਟੀਮ ਦੀ ਗੱਲ ਕਰੀਏ ਤਾਂ ਸਿਲੈਕਟ ਅਮਿਤ ਸ਼ਾਹ ਦਾ ਬੇਟਾ ਕਰਦਾ ਨਾ, ICC ਦਾ ਪ੍ਰਧਾਨ ਉਹ ਹੈ, ਇੰਡੀਅਨ ਕ੍ਰਿਕਟ ਐਸੋਸੀਏਸ਼ਨ ਦਾ ਪ੍ਰਧਾਨ ਉਹ ਹੈ, ਕੌਂਸਲ ਦਾ, ਇੰਡੀਅਨ ਕ੍ਰਿਕਟ ਕੌਂਸਲ ਦਾ ਪ੍ਰਧਾਨ ਉਹ ਹੈ, ਉਹ ਹੈ ਤਾਂ ਫੁੱਟਬਾਲ ਦੀ ਟੀਮ ਜਿਹੜੀ ਹੈ ਬਣੀ ਹੈ, ਉਹਦੇ ਵਿੱਚ ਵੀ ਆਪਣਾ ਗੁਰਪ੍ਰੀਤ ਸੰਧੂ, ਗੁਰਪ੍ਰੀਤ ਸਿੰਘ ਸੰਧੂ ਮੁੰਡਾ ਚੰਡੀਗੜ੍ਹ ਦੇ ਵਿੱਚ ਉਹਦੇ ਮੰਮੀ ਡੈਡੀ ਪੁਲਿਸ ਦੇ ਵਿੱਚ ਜੋਬ ਕਰਦੇ ਆ, ਉਹਨਾਂ ਦਾ ਬੇਟਾ ਹੈਗਾ, ਉਹ ਕੈਪਟਨ ਬਣਿਆ ਫੁੱਟਬਾਲ ਦੀ ਟੀਮ ਦਾ। ਸੋ ਬੜੀ ਮਾਣ ਵਾਲੀ ਗੱਲ ਆ ਸਾਡੇ ਪੰਜਾਬੀਆਂ ਵਾਸਤੇ ਕਿ ਪੰਜਾਬੀ ਏਡੀਆਂ ਏਡੀਆਂ ਮੱਲਾਂ ਮਾਰਦੇ ਨੇ। ਅਤੇ ਜਿਹੜੀ ਹੁਣ ਆਪਾਂ ਗੱਲ ਕਰਨੀ ਆ, ਬ੍ਰੇਕ ਤੋਂ ਬਾਅਦ ਕੋਸ਼ਿਸ਼ ਕਰਾਂਗੇ, ਇੱਕ ਸਸਤਾ ਜਿਹਾ ਮੀਡੀਆ ਜਿਹੜਾ ਹੈਗਾ ਨਾ ਇੰਡੀਆ ਦਾ, ਹੁਣ ਸਸਤਾ ਜਿਹਾ ਮੀਡੀਆ, ਹੁਣ ਸਸਤਾ ਕੀ ਮਤਲਬ ਕਿ ਫ੍ਰੀ, ਸਿਰਫ ਵਿਊ ਦੁਕਾਉਣ ਵਾਸਤੇ। ਉਹਨਾਂ ਨੇ ਇੱਕ ਕੋਈ ਬਾਬਾ ਸਾਈਂ ਉੱਥੇ, ਉਹ ਕਹਿੰਦੇ ਗੁਹਾ ਗੁਹਾ ਪੱਤਾ ਹੁੰਦਾ ਸੀ ਰੂੜੀਆਂ 'ਤੇ ਜਾ ਕੇ, ਉਹਨੂੰ ਐਸਾ ਚੱਕਿਆ ਉਹਦੇ ਕਹਿੰਦੇ ਲਾਈਨਾਂ ਲੱਗੀਆਂ ਹੋਈਆਂ ਉੱਥੇ। ਸੋ ਅੱਜ ਦਾ ਵਿਸ਼ਾ ਜਿਹੜਾ ਅਸੀਂ ਰੱਖਣਾ, ਜਿਵੇਂ ਕੱਲ੍ਹ ਗੱਲ ਕੀਤੀ ਸੀ, ਉਹ ਆਹ ਹੀ ਜਿੱਦਾਂ ਆਪਾਂ ਭੂਤ ਪ੍ਰੇਤ ਆਤਮਾ ਰੂਹ ਕਿੱਥੇ ਜਾਂਦੀ ਆ, ਉਹ ਕਹਿੰਦੇ ਵੀ ਰੂਹ ਅੰਦਰ ਹੁੰਦੀ ਸਾਡੇ। ਹੁਣ ਜਿਹੜੇ ਮੈਂ ਡਾਕਟਰ ਨੂੰ ਇੱਕ ਨੂੰ ਪੁੱਛਿਆ ਸੀ, ਮੈਂ ਕਿਹਾ ਵੀ ਤੁਸੀਂ ਆ ਪਾਟ ਪੂਟ ਕੇ ਆਪਰੇਸ਼ਨ ਕਰਦੇ ਜਦੋਂ ਹਾਰਟ ਦਾ, ਅਤੇ ਕਿਤੇ ਰੂਹ ਬੈਠੀ ਬੂਠੀ ਦੇਖੀ ਉੱਥੇ, ਅਤੇ ਉਹ ਕਹਿੰਦੇ ਦੇਖੀ ਨਹੀਂ। ਖੈਰ ਰੂਹ ਹੁੰਦੀ ਹੈ, ਅਸੀਂ ਕਹਿੰਦੇ ਹਾਂ ਸੋਲ ਜਿਹੜੀ ਹੁੰਦੀ ਹੈ, ਉਹਦੇ 'ਚ ਨਹੀਂ ਮੈਂ ਗੱਲ ਕਰਦਾ, ਪਰ ਗੱਲ ਅਸੀਂ ਜਿਹੜੀਆਂ ਸੱਚਾਈਆਂ ਨੇ ਉਹ ਵੀ ਕਰਾਂਗੇ, ਅਤੇ ਜਿਹੜੀਆਂ ਅਵੇਅਰ ਕਰਨ ਵਾਲੀਆਂ ਗੱਲਾਂ ਉਹ ਵੀ ਨਾਲ ਤੁਹਾਡੇ ਥਰੂ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਡਾਟਾ ਕਾਫੀ ਮੈਂ ਇਕੱਠਾ ਕਰਕੇ ਲਿਆਇਆ, ਔਰ ਜਿਹਦੇ 'ਚੋਂ ਬਹੁਤ ਸਾਰੀਆਂ ਗੱਲਾਂ ਸੱਚੀਆਂ ਲੱਗੀਆਂ, ਅਤੇ ਬਹੁਤ ਸਾਰੀਆਂ ਗੱਲਾਂ ਲੱਗੀਆਂ ਕਿ ਸਿਰਫ ਮਾਈਲੇਜ ਲੈਣ ਵਾਸਤੇ ਜਾਂ ਆਪਣਾ ਫਾਇਦਾ ਲੈਣ ਵਾਸਤੇ ਉਹਨਾਂ ਨੇ ਉਹ ਗੱਲਾਂ ਕੀਤੀਆਂ। ਸੋ ਕੀ ਨੇ ਉਹ ਗੱਲਾਂ, ਉਹ ਅਸੀਂ ਬ੍ਰੇਕ ਤੋਂ ਬਾਅਦ ਸਾਂਝੀਆਂ ਕਰਾਂਗੇ। ਦਵਿੰਦਰ ਹੋਠੀ ਜੇ ਤਾਂ ਆ ਗਿਆ ਤਾਂ ਠੀਕ ਹੈ, ਨਹੀਂ ਤਾਂ ਫਿਰ ਆਪਾਂ ਪ੍ਰੋਗਰਾਮ ਜਿਹੜਾ ਤੁਹਾਡੇ ਨਾਲ ਸ਼ੁਰੂ ਕਰ ਲਾਂਗੇ, ਕਾਲ ਕੂਲ ਕਰ ਸਕਦੇ ਹੋ, ਅਤੇ ਨਾਲ ਦੀ ਨਾਲ ਹੋਰ ਕੋਈ ਕਿਸੇ ਵੀ ਟੋਪਿਕ ਕੋਈ ਅਪਡੇਟ ਕਰਨੀ ਚਾਹੁੰਦੇ ਹੋ ਉਹ ਵੀ ਕਰ ਸਕਦੇ ਹੁੰਦੇ ਹੋ, ਕੋਈ ਪ੍ਰੋਗਰਾਮ ਵਗੈਰਾ ਕਿਤੇ ਕਰਾਉਣਾ ਉਹ ਵੀ ਗੱਲ ਸਾਰੀ ਕਰ ਸਕਦੇ ਹੋ। ਕਮਿਊਨਿਟੀ ਦੀ ਕੋਈ ਨਿਊਜ਼ ਹੈ ਬਿਲਕੁਲ ਫਰੀ, ਤੁਸੀਂ ਅਨਾਊਂਸਮੈਂਟ ਦੱਸ ਸਕਦੇ ਜੀ, ਸਾਡੇ ਸ਼ਹਿਰ 3 ਤਰੀਕ ਨੂੰ ਆਹ ਚੀਜ਼ ਹੋ ਰਹੀ ਹੈ, ਸਾਡੇ ਸ਼ਹਿਰ ਨਗਰ ਕੀਰਤਨ ਹੋ ਰਿਹਾ, ਸਾਡੇ ਜਦ ਕੀਰਤਨ ਹੋ ਰਿਹਾ, ਆਹ ਪ੍ਰੋਗਰਾਮ ਹੈ, ਉਹ ਤੁਸੀਂ ਬਿਨਾਂ ਕਿਸੇ ਝਿਜਕ ਦੇ ਬਿਲਕੁਲ ਫਰੀ ਸਾਡੇ ਪ੍ਰੋਗਰਾਮ ਦੇ ਵਿੱਚ ਦੱਸ ਸਕਦੇ ਹੋ। ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਆ ਰਹੇ ਦੇਖਦੇ ਰਹੋ ਜਸ ਪੰਜਾਬ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਹਾਜ਼ਰ ਹਾਂ ਜੀ, ਅਤੇ ਦਵਿੰਦਰ ਹੋਠੀ ਨਾਲ ਸੰਪਰਕ ਨਹੀਂ ਹੋ ਸਕਿਆ, ਅਤੇ ਇਸ ਕਰਕੇ ਆਪਾਂ ਹੁਣ ਪ੍ਰੋਗਰਾਮ ਜਿਹੜਾ ਉਹ ਸਿੱਧਾ ਸ਼ੁਰੂ ਕਰ ਲੈਂਦੇ ਹਾਂ। ਗੱਲਬਾਤ ਜਿਹੜੀ ਹੈਗੀ ਆ, ਆਪਾਂ ਅਕਸਰ ਜਦੋਂ ਨਿੱਕੇ ਹੁੰਦਿਆਂ ਤੋਂ ਦੇਖਦੇ ਆਏ ਹਾਂ, ਸੁਣਦੇ ਆਏ ਹਾਂ, ਬੜਾ ਕੁਛ ਬੜੀ ਮੇਰੀ ਗੱਲ ਵੀ ਕੀਤੀ ਹੈ, ਪਿੰਡਾਂ 'ਚ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਉਦੋਂ ਕਹਿੰਦੇ ਛਲੇਡਾ ਜੀ ਇੱਕ ਹੁੰਦਾ, ਛਲੇਡਾ ਹੈਗਾ, ਉਹ ਦੱਸਣ ਸੁਣਨ ਹੁਣ ਮੈਨੂੰ ਵੀ ਯਾਦ ਆ, ਪਤਾ ਨਹੀਂ ਹੈ ਸੱਚੀ ਗੱਲ ਦਿਮਾਗ 'ਚ ਊਂ ਹੀ ਆ ਜਾਂਦੀ ਹੈ, ਅਤੇ ਉਹ ਕਹਿੰਦੇ ਛਲੇਡਾ ਦੇਖੋ ਜੀ ਪਹਿਲਾਂ ਅੱਗ ਬਲਦੀ ਸੀ ਫਿਰ ਉੱਥੇ ਬੱਕਰੀ ਬਣ ਗਈ, ਇੱਦਾਂ ਦੀ ਗੱਲਬਾਤ, ਪਤਾ ਨਹੀਂ ਇੱਦਾਂ ਛਲੇਡਾ ਹੁੰਦਾ, ਕਹਿੰਦੇ ਕੁਛ ਵੀ ਬਣ ਸਕਦਾ।
ਚਲੋ ਖੈਰ ਉਹ ਜਿਹੜੇ ਕਿਸੇ ਨੇ ਦੇਖਿਆ ਉਹਨਾਂ ਨੂੰ ਪਤਾ ਹੋਇਆ ਹੋ ਕੋਈ ਹੋਇਆ ਹੋਊਗਾ। ਉਸ ਤੋਂ ਬਾਅਦ ਗੱਲ ਆ ਗਈ ਭੂਤਾਂ ਚੜੇਲਾਂ ਦੀ, ਉਹ ਹੋ ਗਈ ਅਤੇ ਉਹ ਵੀ ਕਾਫੀ ਲੰਬਾ ਚੌੜਾ ਜਿਹੜਾ ਕੰਮ ਆਪਾਂ ਦੇਖਿਆ ਗੱਲਬਾਤ ਕਰਦੇ ਹਾਂ ਵੀ ਭੂਤ ਆਉਂਦਾ ਫਲਾਨਾ ਆਉਂਦਾ ਧਿਮਕੜਾ ਆਉਂਦਾ। ਪਰ ਇੱਕ ਹੁਣ ਪੰਜਾਬ ਦੇ ਵਿੱਚ ਜਿਹੜਾ ਜਿਵੇਂ ਸਾਈ ਹੈਗਾ ਜਿਹੜਾ ਇੱਕ ਕਹਿੰਦਾ ਜੀ ਰੱਬ ਨੂੰ ਮਿਲਾਉਣਾ ਮੈਂ, ਤੁਹਾਡੇ ਵਿਛੜੇ ਹੋਏ ਬੰਦੇ ਦੀਆਂ ਆਤਮਾ ਨਾਲ ਗੱਲ ਕਰਾਉਣੀ। ਇਹ ਇੱਕ ਪਾਦਰੀ ਸੀਗਾ, ਉਹਨੇ ਵੀ ਕਈਆਂ ਕੋਲ ਪੈਸੇ ਠੱਗੇ ਆ, ਪਤਾ ਕਿੰਨੇ ਕਿੰਨੇ ਪੈਸੇ ਲੈਂਦਾ ਸੀ ਗੱਲ ਕਰਾਉਣ ਦੇ ਰੱਬ ਨਾਲ ਮਿਲਾਉਣ ਦੇ। ਇਹ ਹੁਣ ਅੱਜ ਕੱਲ੍ਹ ਚੱਲਿਆ ਹੋਇਆ ਟ੍ਰੈਂਡ ਇਹ, ਔਰ ਲੋਕ ਵਿਸ਼ਵਾਸ ਕਰ ਰਹੇ ਨੇ। ਹੱਦ ਦੀ ਗੱਲ ਇਹ ਆ, ਪੜ੍ਹੇ ਲਿਖੇ ਵੀ ਕਰ ਰਹੇ ਨੇ। ਹੁਣ ਆਹ ਜਿਹੜੇ ਬਾਬੇ ਦੀ ਮੈਂ ਗੱਲ ਕੀਤੀ ਆ, ਉੱਥੇ ਲਾਈਨ ਲੱਗੀ ਦੇਖੀ, ਵੀਡੀਓ ਦੇਖੀ, ਲਾਈਨ ਲੱਗੀ ਉਹਨੂੰ ਮੱਥਾ ਟੇਕਣ ਵਾਲੇ ਦੀ, ਯੰਗ ਜਿਹਾ ਮੁੰਡਾ। ਇੱਦਾਂ ਹੀ ਹੋਰ ਹਜ਼ਾਰਾਂ ਬੰਦੇ ਹੈਗੇ ਨੇ ਜਿਹੜੇ ਕੁਛ ਨਾ ਕੁਛ ਕਰਦੇ ਨੇ, ਤੁਹਾਡੇ ਪੁਰਾਣੇ ਮਿਲਦੇ ਉਹਨਾਂ ਨੂੰ ਕਰਦੇ ਨੇ, ਮਿਲਾਉਂਦੇ ਨੇ ਪੁਰਾਣੇ ਜਿਹੜੀ ਡੈਥ ਹੋਈ ਆ। ਇਹ ਤਾਂ ਮੈਂ ਇੱਥੇ ਵੀ ਸੁਣਿਆ ਸੀ ਅਮੈਰੀਕਾ ਦੇ ਵਿੱਚ ਵੀ ਕੋਈ ਯੂਨੀਵਰਸਿਟੀ ਸ਼ਾਇਦ ਹੈਗੀ ਆ, ਉਹ ਕਹਿੰਦੇ ਸੇਮ ਤਿਆਰ ਕਰ ਦਿੰਦੇ ਆ, ਤੁਸੀਂ ਜੇ ਇਹੋ ਜਿਹਾ ਬੰਦਾ ਦੱਸੋ ਰੱਖ ਲੈਂਦੇ ਨੇ ਸ਼ਾਇਦ, ਅੱਜ ਸਾਇੰਸ ਦੇ ਹਿਸਾਬ ਨਾਲ ਵੀ ਇਹ ਹੈਗਾ। ਪਰ ਸੋਰੀ, ਅਸੀਂ ਇਹ ਕਹਿੰਦੇ ਹਾਂ ਕਿ ਸਾਰੀਆਂ ਜੂਨਾਂ ਭੁਗਤਣ ਤੋਂ ਬਾਅਦ ਇਨਸਾਨ ਦੀ ਜੂਨ ਜਿਹੜੀ ਮਿਲਦੀ ਹੈ, 84 ਲੱਖ ਜੂਨਾਂ ਦੀ ਗੱਲ ਕੀਤੀ ਜਾਂਦੀ ਹੈ, ਇਨਸਾਨ ਦੀ ਜੂਨ ਉਦੋਂ ਬਾਅਦ ਮਿਲਦੀ ਹੈ, ਅਤੇ ਇਹ ਕਹਿੰਦੇ ਵੀ ਬੰਦੇ ਦੀ ਆਖਰੀ ਜੂਨ ਹੁੰਦੀ ਹੈ। ਪਰ ਕਈ ਕੇਸ ਅਸੀਂ ਇਹੋ ਜਿਹੇ ਦੇਖੇ ਆ ਕਿ ਉਹ ਬੱਚਾ ਕੋਈ ਕਹਿੰਦਾ ਜਾਂ ਕੋਈ ਕਹਿੰਦਾ ਕਿ ਸਾਡੇ ਉਹ ਹੋ ਗਏ ਪੁਨਰ ਜਨਮ ਹੈ, ਅਤੇ ਮੈਂ ਜਿਹੜਾ ਸੀਗਾ ਵੀਡੀਓ ਦੇਖੀਆਂ, ਇੱਕ ਤਾਂ ਕੁੜੀ ਹੈਗੀ ਹੈ ਹੁਣ 17-18 ਸਾਲ ਦੀ, ਪਹਿਲਾਂ 10 ਸਾਲ ਦਾ ਬੱਚਾ ਹਰਿਆਣੇ ਦੇ ਪਲਵਲ ਦੇ ਵਿੱਚ ਹੈ, ਅਤੇ ਉਹ ਕਹਿੰਦਾ ਜੀ ਮੈਂ ਉਹਨੇ ਸਾਰੀਆਂ ਗੱਲਾਂ ਸਹੀ ਦੱਸੀਆਂ, ਮੈਂ ਉੱਥੇ ਗਿਆ ਮੈਂ ਉਹ ਮਰ ਗਿਆ, 10 ਸਾਲ ਮੈਂ ਭਟਕਦਾ ਰਿਹਾ, 12 ਦਿਨ ਬਾਅਦ ਮੈਂ 12 ਦਿਨ ਆਪਣੇ ਘਰ 'ਚ ਰਿਹਾ, ਅਤੇ ਮੈਨੂੰ ਮੁੜ ਕੇ ਹਵਾ ਦੇ ਵਿੱਚ ਹੀ ਕਿਤੇ ਫਿਰਦਾ ਰਿਹਾ, ਫਿਰ ਮੈਂ ਅਖੀਰ ਇਸ ਘਰ 'ਚ ਜੰਮਿਆ। ਅਤੇ ਉਹ ਵੀ ਕਹਿੰਦੇ ਉਹਨੇ ਜਦੋਂ ਦੱਸਿਆ ਵੀ ਮੇਰਾ ਪਿੰਡ ਤਾਂ ਫਲਾਨਾ, ਮੈਂ ਤਾਂ ਜਨਾਨੀ 40 ਫਲਾਨੀ ਜਨਾਨੀ ਮੇਰੀ ਪਤਨੀ ਹੈ 40-45 ਸਾਲ ਦੀ ਜਨਾਨੀ, ਅਤੇ ਉਹ ਕਹਿੰਦੇ ਜਾ ਜੂ ਕੇ ਪਤਾ ਕੀਤਾ, ਅਤੇ ਉਹ ਕਹਿੰਦੇ ਜੀ ਗੱਲਾਂ ਸਾਰੀਆਂ ਸੱਚੀਆਂ, ਠੀਕ ਹੈ ਜੀ ਸਾਰਾ ਕੁਛ ਹੈਗਾ, ਜੇ ਉਹ ਬੱਚਿਆਂ ਦੋਨੇ ਪਰਿਵਾਰ ਮਿਲਦੇ ਵੀ ਆ। ਫਿਰ ਇੱਕ ਕੇਸ ਪੰਜਾਬ ਦੇ 2 ਕੇਸ ਸਾਹਮਣੇ ਆਏ, ਵੈਸੇ ਤਾਂ ਸਾਡੇ ਗਵਾਂਢ 'ਚ ਇੱਕ ਕੁੜੀ ਪੈਦਾ ਹੋਈ ਸੀ, ਪਿੰਡ ਦੀ ਗੱਲ ਕਰਦਾ, ਉਹ ਵੀ ਕਹਿੰਦੀ ਮੇਰਾ ਬਾਘੇ ਪੁਰਾਣੇ ਕੋਲ ਫਲਾਨਾ ਪਿੰਡ ਆ, ਉੱਥੇ ਤਾਂ ਮੇਰਾ ਐਕਸੀਡੈਂਟ ਹੋ ਗਿਆ ਹੋਇਆ ਸੀ, ਫਲਾਨਾ ਹੋਇਆ ਤਾਂ ਖੜਾ ਸੀ, ਉਹਨਾਂ ਨੇ ਪਤਾ ਕੀਤਾ, ਕਹਿੰਦੇ ਜਾ ਕੇ ਪਤਾ ਕੀਤਾ, ਤਾਂ ਕਹਿੰਦੇ ਸਹੀ ਗੱਲ ਸੀ। ਫਿਰ ਇੱਕ ਇਹ ਕੁੜੀ ਹੈਗੀ ਆ, ਇਹ ਹੁਣ 17 ਸਾਲਾਂ ਦੀ, ਇਹ 10ਵੀਂ ਦੇ ਵਿੱਚ ਹੈ, ਉਹ ਕਹਿੰਦੀ ਵੀ ਮੇਰਾ 2005 ਦੇ ਵਿੱਚ, ਮੈਂ ਜਦੋਂ 10ਵੀਂ 'ਚ ਪੜ੍ਹਦੀ ਸੀ ਉਦੋਂ, ਮੇਰਾ ਕਾਪੀ ਡਿੱਗ ਪਈ, ਕਾਪੀ ਚੱਕਣ ਲੱਗੀ ਅਤੇ ਮੇਰੀ ਸੈਂਡਲ ਉਤਰ ਗਿਆ, ਸੈਂਡਲ ਪਾਉਣ ਚੱਕਣ ਲੱਗੀ ਅਤੇ ਮੇਰੇ ਉੱਪਰ ਦੀ ਬੱਸ ਲੰਘ ਗਈ ਅਤੇ ਮੈਂ ਮਰ ਗਈ ਸੀ। ਇਹ 2005 ਦੀ, ਇਹ ਹੁਣ ਦੀ ਗੱਲ ਹੈ, ਯਾਨੀ ਕਿ 2005 ਦੇ ਵਿੱਚ ਇਹ ਤੁਸੀਂ ਹਿਸਾਬ ਲਾ ਲਓ ਡੈਥ ਹੋਈ ਹੈ, 2008 ਦੇ ਵਿੱਚ ਉਹਦਾ ਦੁਬਾਰਾ ਜਨਮ ਹੁੰਦਾ, ਅਤੇ ਹੁਣ 2-3 ਸਾਲ ਪਹਿਲਾਂ ਦੀ ਇਹ ਗੱਲ ਸਾਹਮਣੇ ਆਉਂਦੀ ਹੈ। ਅਤੇ ਉਹ ਫਿਰ ਸੁਮਨਪ੍ਰੀਤ ਉਹਦਾ ਨਾਂ ਸੀ ਉਦੋਂ, ਸੁਮਨਦੀਪ, ਉਹ ਕਹਿੰਦੀ ਵੀ ਉਹਨੂੰ ਪਿਆ ਆਪਦੇ ਘਰਦਿਆਂ ਨੂੰ ਦੱਸਿਆ, ਸਰਦਾਰ ਜੀ ਨੇ, ਸੰਧੂ ਸਾਹਿਬ ਨੇ, ਉਹਦੇ ਫਾਦਰ ਸਾਹਿਬ ਪੱਤਰਕਾਰ ਨੇ, ਵੀ ਉਹਨੇ ਦੱਸਿਆ ਵੀ ਮੈਂ ਇੱਦਾਂ, ਮੈਂ ਤਾਂ ਫਲਾਨੀ ਜਗ੍ਹਾ ਸੀਗੀ ਪਹਿਲਾਂ, ਤਾਂ ਮੇਰੀ ਆਹ ਸੀ, ਮੈਂ ਇੱਦਾਂ ਸੀ, ਇੱਦਾਂ ਸੀ, ਇੱਦਾਂ ਫਲਾਨਾ ਪਿੰਡ ਜਿਹੜਾ ਹੈਗਾ
ਧੂਰੀ ਦੇ ਕੋਲ ਵੀ ਪਿੰਡ ਦੱਸਿਆ, ਹੁਣ ਇਹ ਪੰਜ ਗਰਾਈ 'ਚ ਹੈ। ਧੂਰੀ ਦੇ ਕੋਲ ਵੀ ਪਿੰਡ ਦੱਸਿਆ ਅਤੇ ਚਲੋ ਉਹਨਾਂ ਨੇ ਕਹਿੰਦੇ ਮੈਂ ਗੱਲ ਗੌਲੀ ਗੁਲੀ, ਮੈਂ ਉਹਦੇ ਪਿਓ ਦੀ ਇੰਟਰਵਿਊ ਸੁਣੀ ਹੈ ਕੁੜੀ ਦੇ, ਗੱਲ ਗੌਲੀ ਗੁਲੀ ਨਹੀਂ। ਉਹ ਕਿਤੇ ਤੁਰਦੀ ਤੁਰਦੀ ਗੱਲ ਉਹ ਉਸ ਪਿੰਡ ਪਹੁੰਚ ਗਈ ਵੀ ਇੱਦਾਂ ਇੱਦਾਂ ਕਿਸੇ ਦੀ ਕੁੜੀ ਮਰੀ ਵੀ ਬਸ ਉੱਤੇ ਚੜ੍ਹ ਕੇ ਬੱਸ 'ਤੇ ਹੋਈ ਹੋਵੇ, ਚੜ੍ਹਨ ਲੱਗੀ ਹੋਵੇ 16-17 ਸਾਲਾਂ ਦੀ। ਅਤੇ ਉਹ ਫਿਰ ਉਹਨਾਂ ਨੂੰ ਜਦੋਂ ਪਿੰਡ ਨੂੰ ਪਤਾ ਲੱਗਿਆ, ਉਹਨਾਂ ਨੇ ਮਤਲਬ ਗੁਰਦੁਆਰੇ ਕਹਿੰਦੇ ਨੋਟਿਸ ਕਰਤਾ, ਅਤੇ ਫਿਰ ਉਹ ਘਰ ਦੇ ਉਹਦੇ ਕੁੜੀ ਦਾ ਪਿਓ ਆਇਆ ਜਿੱਥੇ ਹੁਣ ਕੁੜੀ ਜੰਮੀ ਆ, ਅਤੇ ਕੁੜੀ ਦੇ ਕਹਿਣ ਮੁਤਾਬਕ ਮੈਂ ਆਉਂਦਾ ਹੀ ਪਛਾਣ ਲਿਆ ਵੀ ਇਹ ਮੇਰਾ ਡੈਡੀ ਆ। ਚਲੋ ਉਹਨੇ ਦੱਸਿਆ ਵੀ ਆਹ ਸੀ ਆਹ ਸੀ ਆਹ ਸੀ, ਉਹ ਕਹਿੰਦੇ ਵੀ ਗੱਲ ਤਾਂ ਸਹੀ ਆ। ਫਿਰ ਕੁੜੀ ਦੀ ਮਾਂ ਵੀ ਆ ਗਈ, ਉਹ ਵੀ ਉਹਨੇ ਪਛਾਣ ਲਈ ਮੇਰੀ ਆ ਮਾਂ, ਮਾਂ ਬੁੜੀਆਂ ਵਾਹਵਾ ਸਾਰੀਆਂ ਸੀ, ਚਾਚੇ ਤਾਏ ਆ ਗਏ, ਉਹ ਵੀ ਪਛਾਣ ਲਏ। ਫਿਰ ਉਹ ਘਰੇ ਗਈ ਉੱਥੇ ਪੁਰਾਣੇ, ਇਹ ਸਾਰੀ ਵੀਡੀਓ ਪਈ ਆ, ਘਰੇ ਗਈ ਪੁਰਾਣੇ ਅਤੇ ਉੱਥੇ ਉਹਦੇ ਆ ਕੇ ਪੁੱਛਿਆ ਆਪਦੀ ਪਹਿਲੀ ਮਾਂ ਜਿਹੜੀ ਉਹਦੀ ਸੀ ਵੀ ਮੰਮੀ ਮੇਰੀ ਘੜੀ ਕਿੱਥੇ ਆ। ਘੜੀ ਕਹਿੰਦੀ ਤੂੰ ਜਿੱਥੇ ਰੱਖ ਕੇ ਗਈ ਹੋਏਗੀ ਉੱਥੇ ਹੋਊ, ਤੈਨੂੰ ਪਤਾ ਹੋਊਗਾ ਕਿੱਥੇ ਰੱਖੀ ਹੈ। ਅਤੇ ਘੜੀ ਉਹਨੇ ਇੱਕ ਫੋਟੋ ਪਿੱਛੇ ਰੱਖੀ ਸੀ, ਘੜੀ ਉੱਥੇ ਪਈ ਸੀ ਉਹਦੀ, ਮਿਲ ਗਈ। ਕਹਿੰਦੀ ਮੇਰੀ ਘੜੀ ਪੁਰਾਣੀ, ਉਹ ਘੜੀ ਉਹ ਦਿਖਾਉਂਦੀ ਆ, ਕਹਿੰਦੀ ਮੇਰਾ ਭਰਾ ਇਹ ਬੰਨ੍ਹਣ ਨਹੀਂ ਦਿੰਦਾ, ਮੈਂ ਇੱਕ ਦਿਨ ਬੰਨ੍ਹੀ ਸੀ ਅਤੇ ਮੇਰੇ ਕੋਲ ਖੋਂਦਾ ਸੀ ਅਤੇ ਮੇਰੇ ਗਲਾਸ ਸਿਰ 'ਚ ਮਾਰਿਆ ਸੀ, ਅਜੇ ਵੀ ਨਿਸ਼ਾਨ ਹੈਗਾ। ਉਹਦੇ ਭਰਾ ਦੇ ਵੀ ਬਿਆਨ ਇਹੀ ਆ, ਉਹਦਾ ਭਰਾ ਗੁਰਪ੍ਰੀਤ ਆ ਪਹਿਲਾਂ, ਉਹਦੇ ਵੀ ਬਿਆਨ ਇਹੀ, ਸਾਰਾ ਕੁਛ ਹੈਗਾ ਉਹ ਮੰਨਦੇ। ਫਿਰ ਉਹ ਫੋਟੋਆਂ ਲੈ ਕੇ ਆਏ ਕੁਛ ਪਹਿਲੀਆਂ ਸਕੂਲ ਸਕਾਲ ਦੀਆਂ, ਫਿਰ ਉਹਨੇ ਉਹ 'ਚੋਂ ਆਪਣੇ ਆਪ ਨੂੰ ਪਛਾਣਿਆ ਤਾਂ ਕੁੜੀਆਂ ਨਾਲ ਤਾਂ ਸੀ ਉਹਨੂੰ ਪਛਾਣਿਆ, ਤਾਂ ਫਿਰ ਇਹ ਤੋਂ ਹੁਣ ਦੋਵੇਂ ਪਰਿਵਾਰ ਕਹਿੰਦੇ ਵੀ ਇਸ ਗੱਲ ਮੰਨ ਗਏ ਆ ਕਿ ਵਾਕਿਆ ਹੀ ਪੁਨਰ ਜਨਮ ਹੋਇਆ। ਠੀਕ ਹੈ ਜੀ, ਹੁਣ ਆ ਗਈ ਤੀਜੀ ਗੱਲ। ਇੱਕ ਮਾਨਸਾ ਦੇ ਹੋਟਲਾ ਪਿੰਡ ਪੈਂਦਾ, ਉੱਥੋਂ ਦਾ 8 ਸਾਲ ਦਾ ਪ੍ਰਤੀਕ ਇੰਦਰ ਸਿੰਘ, ਉਹ ਕਹਿੰਦਾ ਮੈਂ ਵੀ ਦੁਬਾਰਾ ਜੰਮਿਆ, ਮੈਂ ਪਹਿਲਾਂ ਤੂੜੀ ਦਾ ਕੰਮ ਕਰਦਾ ਸੀ, ਇੱਦਾਂ ਇੱਦਾਂ ਐਕਸੀਡੈਂਟ ਹੋ ਗਿਆ, ਜੇ ਹੋ ਗਿਆ। ਪਰ ਉਹਦੀ ਮਾਂ ਦੀ ਜਿਹੜੀ ਇੰਟਰਵਿਊ ਆ, ਹੁਣ ਆਪਾਂ ਦੂਜਾ ਪੱਖ ਲੈ ਲੈਂਦੇ ਹਾਂ, ਆਪਾਂ ਪਹਿਲਾਂ ਕਹਿੰਦੇ ਵੀ ਹੈਗਾ ਸਾਰਾ ਕੁਛ ਹੈਗਾ। ਫਿਰ ਉਹਦਾ ਪੱਖ ਜਦੋਂ ਦੂਜਾ ਲੈਂਦੇ ਅਸੀਂ, ਉਹਦੀ ਮਾਂ ਦੀ ਇੰਟਰਵਿਊ ਆ, ਉਹ ਕਹਿੰਦੇ ਵੀ ਕਦੋਂ ਪਤਾ ਲੱਗਿਆ ਤੁਹਾਨੂੰ, ਸੁਣਨ ਵਾਲੀ ਗੱਲ ਹੈ, ਕਦੋਂ ਪਤਾ ਲੱਗਿਆ ਤੁਹਾਨੂੰ ਵੀ ਇਹਦਾ ਪੁਨਰ ਜਨਮ ਹੋਇਆ ਦੂਜੀ ਜਨਮ? ਤਾਂ ਉਹਦੀ ਮਾਂ ਕਹਿੰਦੀ ਜਦੋਂ ਇਹ 10 ਮਹੀਨਿਆਂ ਦਾ ਸੀ, 10 ਮਹੀਨਿਆਂ ਦਾ ਸੀ, 1 ਸਾਲ ਤੋਂ ਵੀ ਘੱਟ, ਉਦੋਂ ਇਹਨੇ ਸਾਨੂੰ ਦੱਸਿਆ ਤੁਸੀਂ ਮੇਰੇ ਮਾਂ ਬਾਪ ਨਹੀਂ ਹੋ ਅਤੇ ਮੇਰੇ ਤੋਂ ਮਾਂ ਬਾਪ ਫਲਾਨੀ ਜਗ੍ਹਾ 'ਤੇ। ਹੁਣ ਗੱਲ ਸਵਾਲ ਇੱਥੇ ਇਹ ਖੜਾ ਹੁੰਦਾ, ਤੁਸੀਂ ਸਾਰੇ ਪੜ੍ਹੇ ਲਿਖੇ ਹੋ, ਸਾਰਿਆਂ ਦੇ ਜਵਾਕ ਜੱਲੇ ਹੋਣਗੇ ਹੋਏ, ਅਤੇ 10 ਮਹੀਨੇ ਦਾ ਬੱਚਾ ਕਿਹੜਾ ਬੋਲਣਾ ਪੈਂਦਾ ਜੀ? ਮੇਰਾ ਪੋਤਾ 1.5 ਸਾਲ ਤੋਂ ਉੱਤੇ ਹੈ, ਉਹ ਅਜੇ ਕਲੀਅਰ ਨਹੀਂ ਬੋਲਦਾ, ਹੋ ਸਕਦਾ ਕੋਈ ਬੱਚੇ ਬੋਲਣ ਵੀ ਲੱਗ ਪੈਂਦੇ, ਇਹ ਮੈਂ ਕਹਿ ਨਹੀਂ ਸਕਦਾ। ਪਰ ਇੱਥੋਂ ਉਹਨਾਂ ਦਾ ਲੱਗਿਆ ਕਿ ਇਹਨਾਂ ਦਾ ਕੰਮ ਜਿਹੜਾ ਇਹ ਸਹੀ ਨਹੀਂ ਹੈਗਾ। ਫਿਰ ਤਰਕਸ਼ੀਲ ਸੁਸਾਇਟੀ ਇਨਵੋਲਵ ਹੋਈ ਉਹ ਕੁੜੀ ਵਾਲੇ ਕੇਸ 'ਚ, ਵੀ ਇਹਦੇ ਮਾਂ ਬਾਪ ਮੰਨਣ ਤਾਂ ਅਸੀਂ ਦੱਸਣ ਨੂੰ ਤਿਆਰ ਹੈ। ਉਹਨਾਂ ਨੇ ਜਿਹੜਾ ਪ੍ਰੈਸ ਨੋਟ ਭੇਜਿਆ ਅਖਬਾਰਾਂ ਨੂੰ, ਤਾਂ ਉਹਦੇ 'ਚ ਇਹ ਲਿਖਿਆ ਕਿ 3 ਤੋਂ 5 ਸਾਲ ਦੇ ਬੱਚੇ ਨੂੰ ਆਪਣੇ ਪੁਨਰ ਜਨਮ ਉਹਦੇ ਦਿਮਾਗ ਦੇ ਵਿੱਚ ਦਿਮਾਗ 'ਚ ਆ ਜਾਂਦਾ ਹੈਗਾ 3 ਤੋਂ 5 ਸਾਲ ਦੇ, 6 ਸਾਲ ਤੋਂ ਬਾਅਦ ਉਹ ਭੁੱਲ ਜਾਂਦਾ। ਹੁਣ ਇਹ ਤਰਕਸ਼ੀਲ ਵਾਲੇ ਕਹਿ ਰਹੇ ਨੇ, ਫਿਰ ਉਹਨਾਂ ਨੇ ਤਰਕਸ਼ੀਲ ਨੂੰ ਫੋਨ ਲਾ ਲਿਆ, ਉਹ ਕਹਿੰਦੇ ਤੁਸੀਂ ਆਹ ਲਿਖਿਆ, ਉਹ ਕਹਿੰਦੇ ਸਾਨੂੰ ਆਗਿਆ ਦਿਓ, ਅਸੀਂ ਪ੍ਰੂਫ ਕਰ ਦਿੰਦੇ ਹਾਂ। ਹੁਣ ਇਹ ਗੱਲਾਂ ਪੁਨਰ ਜਨਮ ਦੀਆਂ, ਤੁਹਾਡਾ ਵੀ ਕਿਤੇ ਆਂਢ ਗੁਆਂਢ ਵਾਹ ਵਾਸਤਾ ਪਿਆ ਹੋਊਗਾ, ਜ਼ਰੂਰ ਇੱਥੇ ਗੱਲ ਕਰ ਸਕਦੇ ਹੋ। ਹੁਣ ਜਿਹੜੇ ਸਾਇੰਸਦਾਨ ਜਾਂ ਜਿਹੜੇ ਨਹੀਂ ਇਸ ਚੀਜ਼ ਨੂੰ ਮੰਨਦੇ, ਉਹ ਇਹ ਕਹਿੰਦੇ ਨੇ ਵੀ ਇਹਦੇ 'ਚ ਆਪਣਾ ਫਾਇਦਾ ਲੈਣ ਵਾਸਤੇ ਲੋਕ ਕਰਦੇ ਨੇ। ਤਰਕਸ਼ੀਲ 1984 ਵਿੱਚ ਇਹ ਬੰਦੇ ਜਿਹਨੇ ਲਿਖਿਆ ਤਰਕਸ਼ੀਲ ਨਾਲ ਕੰਮ ਸ਼ੁਰੂ ਕੀਤਾ ਅਤੇ ਘੋਖ ਪੜਤਾਲ ਕਰਨੀ ਸ਼ੁਰੂ ਕੀਤੀ, ਕਾਰਨਾਂ ਨੂੰ ਵੀ ਫਰੋਲਿਆ, ਅਤੇ ਬਾਹਲਿਆਂ ਪਿੱਛੇ ਇਹਨਾਂ ਪਿੱਛੇ ਨਿੱਜੀ ਕਾਰਨ ਮੰਨਿਆ ਗਿਆ। ਅੰਮ੍ਰਿਤਸਰ ਦੇ ਇੱਕ ਜ਼ਿਲ੍ਹੇ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਸੰਤ ਦੇ ਦਿਮਾਗ 'ਚ ਖਿਆਲ ਆਇਆ
ਕਿ ਇੱਕ 8-9 ਸਾਲ ਦਾ ਲੜਕਾ ਕਿਸੇ ਪਿੰਡ ਦਾ, ਉਹਦਾ ਪਿਓ ਹੈ, ਉਹਦਾ ਗੁਰੂ ਹੈ, ਪਿਓ ਨਹੀਂ ਗੁਰੂ ਹੈ, ਸੰਤ ਤੇ ਖਿਆਲ ਆਇਆ ਦਿਮਾਗ 'ਚ। ਉਹ ਗਿਆ ਉਸ ਪਿੰਡ 'ਚ, ਉਸ ਲੜਕੇ ਦੇ ਪੈਰੀ ਹੱਥ ਲਾ ਤਾ, ਨਾਲੇ 1100 ਰੁਪਈਆ ਮੱਥਾ ਟੇਕਤਾ, ਵੀ ਇਹ ਮੇਰਾ ਗੁਰੂ ਹੈ, ਚੱਲ ਪਈ ਦੁਕਾਨਦਾਰੀ, ਹੋ ਗਏ ਲੋਕ ਧੜ ਧੜ ਮੱਥਾ ਟੇਕਣ ਵਾਲੇ ਇਕੱਠੇ। ਅਤੇ ਇਸੇ ਤਰ੍ਹਾਂ ਹੀ ਇੱਕ ਜਨਾਨੀ ਸੀਗੀ, ਨੋਟ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ। ਇੱਕ ਪਤਨੀ, ਇੱਕ ਜਨਾਨੀ ਸੀ, ਉਹਦਾ ਘਰ ਵਾਲਾ ਸੰਗਰੂਰ ਦੇ ਪਿੰਡ ਦੀ, ਕਿਸੇ ਪਿੰਡ ਦੀ ਗੱਲ ਹੈ ਵੀ ਸੱਚੀ ਗੱਲ, ਮੋਟਰਸਾਈਕਲ ਦੇ ਐਕਸੀਡੈਂਟ ਵਿੱਚ ਮਾਰਿਆ ਗਿਆ। ਉਹਨੇ ਰੋਜ਼ੀ ਰੋਟੀ ਤੋਰ ਲਈ, ਮੱਝਾਂ ਰੱਖ ਲਈਆਂ, ਮੱਝਾਂ ਰੱਖ ਕੇ ਦੁੱਧ ਪਾਉਣਾ ਸ਼ੁਰੂ ਕਰਤਾ। ਜਦੋਂ ਜਿਹੜਾ ਦੁੱਧੀ ਸੀ, ਦੁੱਧ ਲਿਆਉਣ ਵਾਲਾ, ਉਹਨੇ ਸਕੀਮ ਬਣਾਈ ਵੀ ਇਹ ਇਕੱਲੀ ਰਹਿੰਦੀ ਆ, ਵੀ ਜੇ ਮੈਂ ਕੋਈ ਸਕੀਮ ਲਾਵਾਂ ਅਤੇ ਇਹਦੇ ਕੋਲ 12 ਏਕੜ ਜ਼ਮੀਨ ਆ, ਅਤੇ ਨਾਲੇ ਮੇਰੀ ਇਹਨਾਂ ਕਹਾਣੀ ਫਿੱਟ ਹੋਜੂ, ਮੈਂ ਕੁਛ ਨਾ ਕੁਛ ਕਰਦਾ। ਉਹ ਆਪਣੇ ਮੁੰਡੇ ਨੂੰ ਸਿਖਾਇਆ ਉਹਨੇ 8-9 ਸਾਲਾਂ ਦੇ ਨੂੰ, ਘਰ ਦੇ ਬਾਰੇ ਸਾਰਾ ਕੁਝ ਦੱਸਤਾ, ਆਹ ਚੀਜ਼ ਇੱਥੇ ਪਈ ਆ, ਇੰਨੇ ਮੁੰਡੇ, ਇੰਨੇ ਆਹ, ਇੰਨੇ, ਉਹਨੂੰ ਸਿਖਾ ਕੇ ਲੈ ਆਇਆ, ਅਤੇ ਉਹਨੂੰ ਕਰਕੇ ਵੀ, ਇਹ ਮੇਰੀ ਘਰਵਾਲੀ ਆ 40-45 ਸਾਲ ਦੀ, ਅਤੇ ਕਰਦੇ ਕਰਾਉਂਦੇ ਉਹ ਆਪਣੀ ਇਸ ਸਕੀਮ ਦੇ ਵਿੱਚ ਕਾਮਯਾਬ ਹੋ ਗਿਆ, 12 ਕਿੱਲੇ ਉਹਦੇ ਲੈਣ ਵਿੱਚ ਕਾਮਯਾਬ ਹੋ ਗਿਆ। ਸੋ ਬਾਹਲੇ ਲੋਕਾਂ ਦਾ ਇਹ ਕਹਿਣਾ, ਉਹ ਡਾਕਟਰਾਂ ਨੂੰ ਵੀ ਇਹ ਕਹਿੰਦੇ, ਮੈਂ ਡਾਕਟਰਾਂ ਨੂੰ ਵੀ ਪੁੱਛਿਆ ਵੀ ਮੈਂ, ਤੁਸੀਂ ਬੋਲਦੇ ਹੋ ਤਾਂ ਆਤਮਾ ਕਿੱਥੇ ਜਾਂਦੀ ਆ। ਅੱਛਾ, ਕੁੜੀ ਨੂੰ ਉਹਨੂੰ ਪੁੱਛਿਆ ਜਦੋਂ ਵੀ ਤੂੰ, ਜਦੋਂ ਤੈਨੂੰ ਕੋਈ ਜਮਦੂਤ ਲੈਣ ਆਇਆ ਸੀ, ਆਪਾਂ ਸੁਣਦੇ ਨਾ ਵੀ ਝੋਟੇ 'ਤੇ ਆਉਂਦਾ ਜਮਦੂਤ, ਝੋਟੇ 'ਤੇ ਜਮਦੂਤ ਆਉਂਦਾ ਲੈਣ, ਜਮਦੂਤ ਦਾ ਝੋਟਾ ਹੁੰਦਾ, ਵੀ ਤੈਨੂੰ ਕੋਈ ਲੈਣ ਆਇਆ ਸੀ? ਕਹਿੰਦੀ ਨਹੀਂ, ਮੈਨੂੰ ਇੱਦਾਂ ਕੁਛ ਨਹੀਂ ਲੈਣ ਆਇਆ, ਮੇਰਾ ਐਕਸੀਡੈਂਟ ਹੋਇਆ, ਮੈਨੂੰ ਉਦੋਂ ਬਾਅਦ ਹਸਪਤਾਲ ਲੱਗਿਆ, ਹਸਪਤਾਲ 'ਚ ਮੇਰੀ ਡੈਥ ਹੋ ਗਈ, ਅਤੇ ਇੱਦਾਂ ਦਾ ਕੁਛ ਨਹੀਂ। ਉਹ ਕਹਿੰਦੇ, ਫਿਰ ਕਹਿੰਦੇ ਵੀ ਜਦੋਂ ਆਪਾਂ ਮਰ ਜਾਂਦੇ ਹਾਂ, ਸਵਰਗ ਨਰਕ ਹੁੰਦੇ, ਦੇਵ ਇੱਧਰ ਉੱਧਰ, ਦੇਵੀ ਦੇਵਤੇ ਕੋਈ ਦਿਸੇ ਨਹੀਂ। ਉਹ ਕਹਿੰਦੇ, ਮੈਨੂੰ ਤਾਂ ਹਨੇਰੀ ਜੀ, ਧੁੰਦਲੀ ਜੀ ਜਗ੍ਹਾ ਸੀ, ਉਹੀ 4 ਸਵੇਰੇ ਘੁੰਮੀ ਜਾਂਦੀ ਸੀ, 10 ਸਾਲ ਐਂ ਘੁੰਮਦੀ ਰਹੀ, ਭਟਕਦੀ ਰਹੀ। ਅਤੇ ਜਿਹੜਾ ਦੂਜਾ ਮੁੰਡਾ, ਉਹ ਕਹਿੰਦਾ 3 ਸਾਲ ਬਾਅਦ ਮੈਂ, ਨਹੀਂ ਕੁੜੀ 3 ਸਾਲ ਬਾਅਦ, 2005 ਡੈਥ ਹੋਈ ਸੀ, 2008 ਦੁਬਾਰਾ ਜਨਮ ਹੋ ਗਿਆ। ਮੁੰਡਾ 10 ਸਾਲ ਬਾਅਦ ਹੋਇਆ। ਕੁੜੀ ਵੀ ਕਹਿੰਦੀ, ਮੈਂ ਘੁੰਮਦੀ ਰਹੀ, ਇੱਦਾਂ ਘੁੰਮਦੀ ਰਹੀ, ਮੁੜ ਕੇ ਮੇਰਾ ਜਨਮ ਹੋ ਗਿਆ, ਅਤੇ ਮੈਨੂੰ ਯਾਦ ਆਉਣਾ ਸ਼ੁਰੂ ਹੋ ਗਿਆ, 2-3 ਸਾਲ ਦੀ ਉਮਰ ਦੇ ਵਿੱਚ ਮੈਨੂੰ ਯਾਦ ਆਉਣਾ ਸ਼ੁਰੂ ਹੋ ਗਿਆ, ਮੇਰੇ ਫਲਾਣੇ ਮਾਂ ਬਾਪ, ਫਲਾਣੇ ਤਿੰਕੜੇ। ਸੋ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ? ਕਿਉਂਕਿ ਬਹੁਤ ਸਾਰੀਆਂ ਗੱਲਾਂ ਦੇਖੀਏ ਤਾਂ ਬਹੁਤ ਸਾਰੀਆਂ ਗੱਲਾਂ ਇਹਦੇ 'ਚ ਲੱਗਦੀਆਂ ਸਹੀ, ਅਤੇ ਬਹੁਤ ਸਾਰੀਆਂ ਗੱਲਾਂ ਲੱਗਦੀਆਂ ਕਿ ਇਹ ਆਪਣਾ ਢਮ ਢਮਾ ਚਲਾਉਣ ਵਾਸਤੇ, ਦੁਕਾਨਦਾਰੀ ਚਲਾਉਣ ਵਾਸਤੇ ਇਹ ਚੀਜ਼ਾਂ ਕੀਤੀਆਂ ਜਾਂਦੀਆਂ ਨੇ, ਜਾਂ ਇਹ ਚੀਜ਼ਾਂ ਖੜੀਆਂ ਕੀਤੀਆਂ ਗਈਆਂ ਨੇ ਲੋਕਾਂ 'ਚ ਡਰ ਪੈਦਾ ਕਰਨ ਵਾਸਤੇ। ਇੱਕ ਪੱਤਰਕਾਰ ਨੇ ਇਹਦੀ ਖ਼ਬਰ ਛਾਪੀ ਸੀ ਪੰਜਾਬ ਦੇ ਵਿੱਚ, ਬਈ ਭਾਈ ਆਹ ਬਹੁਤ ਸਾਰੇ ਟੈਲੀਵਿਜ਼ਨ ਨੇ ਖ਼ਬਰ ਛਾਪੀ ਜਿਹੜੇ ਅੱਜ ਕੱਲ੍ਹ ਦੇ ਹੈਗੇ ਨੇ, ਵੀ ਪੁਨਰ ਜਨਮ ਹੋਇਆ, ਸੱਚੀਆਂ ਗੱਲਾਂ ਦੱਸਦੀਆਂ। ਉਹਨੂੰ ਪੁੱਛਿਆ ਤਰਕਸ਼ੀਲਾਲ ਨੇ ਜਾ ਕੇ, ਵੀ ਭਾਈ ਆਹ ਗੱਲ ਅਸੀਂ ਘੋਖ ਪੜਤਾਲ ਕੀਤੀ, ਗੱਲ ਤਾਂ ਹੋਈ ਨਹੀਂ, ਤੁਸੀਂ ਕਿਵੇਂ ਛਾਪਤੀ, ਤੁਸੀਂ ਕਿਵੇਂ ਲਾਤੀ ਚੈਨਲਾਂ 'ਤੇ? ਉਹ ਕਹਿੰਦੇ, ਸਾਨੂੰ ਖ਼ਬਰ ਚੰਗੀ ਲੱਗੀ, ਸਾਨੂੰ ਇਹ ਸੀ ਵੀ ਲੋਕਾਂ ਨੇ ਐਨ ਦੇਖਣੀ ਹੈ, ਤੜਕਦੀ ਫੜਕਦੀ ਖ਼ਬਰ ਅਸੀਂ ਲਾਤੀ। ਇਹੋ ਜਿਹਾ ਮੀਡੀਆ ਹੀ ਸਾਰਾ ਕੁਛ ਕੰਮ ਖਰਾਬ ਕਰ ਰਿਹਾ। ਸੋ ਆਪੋ ਆਪਣੇ ਵਿਚਾਰ ਜ਼ਰੂਰ ਦਰਜ ਕਰਿਓ ਵੀ ਕੀ ਤੁਹਾਨੂੰ ਲੱਗਦਾ ਹੈਗਾ ਵੀ ਇਸ ਤਰ੍ਹਾਂ ਹੈ ਪੁਨਰ ਜਨਮ, ਕਿਉਂਕਿ ਪੰਜਾਬ ਦੇ ਬਹੁਤ ਸਾਰੇ ਕੇਸ ਸਾਹਮਣੇ ਆਏ ਨੇ, ਪਹਿਲਾਂ ਨਹੀਂ ਸੀਗੇ, ਪਰ ਅੱਜ ਕੱਲ੍ਹ ਮੈਂ ਤਾਂ ਦੇਖਣਾ ਪੱਖਣਾ ਸ਼ੁਰੂ ਕੀਤਾ। ਮੈਂ ਤਾਂ ਦੋਖ ਦੇਖ ਕੇ ਬੰਦ ਕਰਤੇ, ਮੈਂ ਕਿਹਾ ਤਾਂ ਐਂ ਤਾਂ ਕੰਮ ਬੜਾ ਗਾਂਹ ਲੰਘ ਜੂ, ਸਾਰੀ ਦਿਹਾੜੀ ਲੰਘ ਜਾਣੀ ਹੈ, ਪ੍ਰੋਗਰਾਮ ਵੀ ਕਰਨਾ। ਸੋ ਤੁਸੀਂ ਕਾਲ ਕਰਕੇ ਅਤੇ ਦੱਸਿਓ ਕੀ ਵਿਚਾਰ ਨੇ ਤੁਹਾਡੇ। ਵੈਸੇ ਬੜਾ ਅਜੀਬ ਜਿਹਾ ਇਹ ਵਿਸ਼ਾ ਹੈਗਾ, ਬੜਾ ਅਜੀਬ ਜਿਹਾ ਵਿਸ਼ਾ ਹੈ। ਔਰ ਵਿਗਿਆਨੀ ਇਹ ਵੀ ਕਹਿੰਦੇ ਆ ਕਿ ਆਤਮਾ ਰੂਹ ਨਾਂ ਦੀ ਕੋਈ ਚੀਜ਼ ਹੀ ਨਹੀਂ ਹੁੰਦੀ। ਉਹ ਕਹਿੰਦੇ ਜੀ ਇੱਕ ਕਿਸੇ ਨੇ ਪਾਇਆ ਸੀਗਾ ਵੀ ਵਿਗਿਆਨੀਆਂ ਨੇ, ਇੱਕ ਬੰਦਾ ਮਰ ਰਿਹਾ ਸੀਗਾ, ਪਤਾ ਲੱਗਿਆ ਇਹਨੇ ਹੁਣ ਮਰ ਜਾਣਾ, ਉਹਨੂੰ ਇੱਕ ਸ਼ੀਸ਼ੇ ਦੇ ਬਕਸੇ ਦੇ ਵਿੱਚ ਬੰਦ ਕਰਤਾ ਇਹ ਦੇਖਣ ਲਈ ਕਿ ਰੂਹ ਬਾਹਰ ਕਿੱਦਾਂ ਜਾਂਦੀ ਆ।
ਕਿ ਉਹ ਕਹਿੰਦੇ ਜੀ ਉਹ ਜਿਹੜੇ ਚੈਨਲਾਂ ਚੁਨਲਾਂ ਵਾਲੇ ਤੋਂ ਕਹਿੰਦੇ ਜੀ ਰੂਹ ਤੋੜ ਕੇ ਸ਼ੀਸ਼ਾ ਬਾਹਰ ਨਿਕਲ ਗਈ। ਜਦ ਕਿ ਵਿਗਿਆਨੀ ਕਹਿੰਦੇ ਵੀ ਐਸਾ ਕੁਛ ਨਹੀਂ ਹੋਇਆ। ਕੀ ਵਿਚਾਰ ਨੇ ਤੁਹਾਡੇ, ਕਰਦੇ ਹਾਂ ਜੀ ਗੱਲਬਾਤ ਆਪਾਂ, ਅਤੇ ਇੱਕ ਅਵੇਅਰ ਕਰਨ ਵਾਸਤੇ ਵੀ ਇਹ ਜ਼ਰੂਰੀ ਹੈ, ਅਤੇ ਬਾਕੀ ਕੋਈ ਸੱਚਾਈ ਜੇ ਹੈਗੀ ਤਾਂ ਉਹ ਵੀ ਦੱਸਣੀ ਜ਼ਰੂਰੀ ਬਣਦੀ ਹੈ ਜੀ। ਸਰਦਾਰ ਇੰਦਰਜੀਤ ਸਿੰਘ ਜੀ ਥਿੰਦ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹੈਲੋ ਜੀ ਥਿੰਦ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਤੁਹਾਡਾ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਰ, ਆ ਰਹੀ ਹੋ ਆਵਾਜ਼ ਤੁਹਾਨੂੰ? ਹਾਂਜੀ ਹਾਂਜੀ ਆਵਾਜ਼ ਆ ਰਹੀ ਹੈ। ਹਾਂਜੀ ਹਾਂਜੀ, ਸਵਾਗਤ ਹੈ ਜੀ, ਅਤੇ ਕੀ ਵਿਚਾਰਾਂ ਨੇ? ਵਿਚਾਰਾ ਇਹ ਹੈ ਕਿ ਇਹ ਸਾਰੇ ਚੀਜ਼ਾਂ ਜਿਹੜੀਆਂ ਨੇ, ਮਤਲਬ ਇੱਕ ਕਹਾਵਤਾਂ ਦੀ ਹੀ ਲੱਗਦੀਆਂ ਇਹ। ਹਾਂਜੀ, ਪਰ ਇਹ ਜਿਹੜੀ ਮੈਂ ਵੀਡੀਓ ਦੇਖੀ ਆ, ਜੇ ਤੁਸੀਂ ਪਾ ਕੇ ਦੇਖੋ ਤੇ ਉਹ ਕੁੜੀ ਦੇ ਮਾਂ ਬਾਪ ਦੋਨੋਂ ਹੀ ਪੁਰਾਣੇ ਵੀ ਤੇ ਹੋਣ ਵਾਲੇ, ਉਹ ਬੰਦਾ ਪੱਤਰਕਾਰ ਹੈ, ਪੜ੍ਹਿਆ ਲਿਖਿਆ ਬੰਦਾ ਜਿਹਦੇ ਘਰ ਹੁਣ ਕੁੜੀ ਪੈਦਾ ਹੋਈ ਆ, ਅਤੇ ਉਹ ਬਿਲਕੁਲ ਉਹ ਇਸ ਗੱਲ ਨੂੰ ਮੰਨਦੇ ਨੇ ਬਿਲਕੁਲ ਕਿ 200% ਇਹ ਸਹੀ ਹੈ ਜੀ ਜੋ ਕੁੜੀ ਕਹਿ ਰਹੀ ਹੈ। ਉਹਨੇ ਸਾਰਿਆਂ ਨੂੰ ਪਛਾਣਿਆ, ਆਪਣੀਆਂ ਸਹੇਲੀਆਂ ਜਿਹੜੀ ਹੋਈ ਜਿਹਨਾਂ ਨੇ ਪੜ੍ਹਦੀ ਸੀ, ਉਦੋਂ ਉਹਨੇ ਉਹਨੂੰ ਜਾ ਕੇ ਪੁੱਛਿਆ ਵੀ ਚੁੰਨੀ ਦਿੱਤੀ ਸੀ ਮੈਂ ਗਿਫਟ, ਉਹ ਕਿੱਥੇ ਗਈ? ਉਹ ਕਹਿੰਦੀ ਮੈਂ ਤਾਂ ਉਸਾਰਤੀ, ਜੋ ਤੂੰ ਮਰ ਗਈ ਘਰਦੇ, ਕਹਿੰਦੇ ਵੀ ਤੇਰੀ ਆਤਮਾ ਨਾ ਆ ਜਾਏ। ਉਹ ਕਹਿੰਦੀ ਅੱਜ ਮੰਮੀ ਨੂੰ ਪੁੱਛਿਆ ਵੀ ਕਾਲਾ ਸੂਟ ਮੇਰਾ ਕਿੱਥੇ ਹੈ, ਅਤੇ ਉਹ ਕਹਿੰਦੀ ਉਹ ਤਾਂ ਅਸੀਂ ਨਾਲ ਹੀ ਫੂਕਤਾ ਸੀ ਤੇਰੇ, ਕਹਿੰਦੀ ਮੇਰਾ ਫੇਵਰਟ ਸੂਟ ਸੀ। ਫਿਰ ਉਹਦੀ ਮੰਮੀ ਨੇ ਦੁਬਾਰਾ ਉਹਨੂੰ ਸੂਟ ਬਣਾ ਦਿੱਤਾ, ਪਹਿਲੀ ਮੰਮੀ ਨੇ। ਇਹ ਚੀਜ਼ਾਂ ਸਾਰੀਆਂ ਕਿੱਥੇ ਕਿੱਥੇ ਖੜਦੀਆਂ ਨੇ ਤੁਹਾਡੇ ਹਿਸਾਬ ਨਾਲ? ਮੇਰੇ ਹਿਸਾਬ ਨਾਲ ਕੁਦਰਤ ਸਾਰੇ ਅਗੇਂਸਟ ਆ, ਖਿਲਾਫ ਆ। ਅੱਛਾ ਜੀ, ਕੁਦਰਤ ਦੇ ਜਿਹੜੀ ਨੇਚਰ ਆ ਨਾ, ਹਾਂਜੀ, ਤੇ ਉਹ ਪਰਮਾਤਮਾ ਆ, ਉਹ ਤੋਂ ਉੱਪਰ ਕੋਈ ਚੀਜ਼ ਨਹੀਂ ਦੁਨੀਆਂ ਦੇ ਵਿੱਚ। ਹਾਂਜੀ, ਪਰ ਇਹ ਚੀਜ਼ਾਂ ਪੰਜਾਬ, ਤੁਸੀਂ ਵੀ ਦੱਸ ਕੇ ਰਹੇ ਆ, ਪਹਾੜ ਬਣਾਏ, ਦਰਖਤ ਬਣਾਏ, ਹਾਂਜੀ ਸਭ ਕੁਛ ਬਣਾਇਆ, ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਮੈਂ ਵੀ ਬਾਇਰ ਦੇ ਗੱਲ ਨੀ ਹੈਗਾ। ਅੱਛਾ ਜੀ, ਪ੍ਰੀਵੀਅਸ ਸਟੇਟਮੈਂਟ ਤੁਸੀਂ ਨਰਿੰਦਰ ਮੋਦੀ ਦੀ ਕਰਦੇ, ਤੁਸੀਂ ਰਿਪੀਟ ਕਰਦੇ, ਹਾਂਜੀ ਤੁਸੀਂ ਦੱਸ ਦਿਓ ਦੁਬਾਰਾ। ਉਹਨਾਂ ਨੇ ਕਿਹਾ ਆਮ ਨੋਟ ਬਾਇਓਲੋਜੀਕਲ, ਅੱਛਾ ਬਾਇਓਲੋਜੀਕਲ ਨਹੀਂ ਹੈ, ਤੇ ਇਹਦਾ ਕੀ ਕੀ ਮਤਲਬ ਨਿਕਲਦਾ? ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਕਹਿ ਸਕਦਾ ਆਮ ਨੋਟ ਬਾਇਓਲੋਜੀਕਲ? ਨਹੀਂ, ਇਹਦਾ ਪੰਜਾਬੀ ਚ ਕੀ, ਪੰਜਾਬੀ ਚ ਕੀ ਮਤਲਬ ਨਿਕਲਦਾ? ਪੰਜਾਬੀ ਚ ਕੀ ਮਤਲਬ ਨਿਕਲਦਾ ਥੋੜਾ ਦੱਸ ਦਿਓ ਸਾਰੇ ਦਰਸ਼ਕ ਨੂੰ। ਬਾਇਓਲੋਜੀਕਲ ਦਾ ਮਤਲਬ ਉਹ ਹੁੰਦਾ ਕਿ ਜਿਹਨਾਂ ਦੇ ਪੇਰੈਂਟਸ ਤੋਂ ਜਨਮ ਹੁੰਦਾ। ਅੱਛਾ 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 ਅੱਛਾ, ਠੀਕ ਹੈ। ਮੈਨੂੰ ਤਾਂ ਪਰਮਾਤਮਾ ਨੇ ਅਸਮਾਨ ਤੋਂ ਭੇਜਿਆ। ਵਾਹ ਜੀ ਵਾਹ, ਇਹ ਤਾਂ ਬਿਲਕੁਲ ਵੱਖਰਾ ਹੀ ਕਿੱਸਾ ਜੀ, ਇਹ ਤਾਂ ਪੁਨਰ ਜਨਮ ਤੋਂ ਵੀ ਉੱਤੇ ਆ ਗਿਆ। ਇਹ ਬੜੀ ਡਿਬੇਟ ਚੱਲੀ ਤੇ ਆਪਣੇ ਹਿੰਦੁਸਤਾਨ ਦੇ ਵਿੱਚ, ਤੇ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਇਹ ਗੱਲ। ਇੱਕ ਕੇਸ, ਇੱਕ ਵਾਰ ਡਿਬੇਟ ਵੀ ਦੇਖ ਰਿਹਾ ਸੀ, ਉਹ 'ਚ ਇੱਕ ਸੀਗਾ ਮਨੋਵਿਗਿਆਨੀ ਸੀ, ਇੱਕ ਸੀਗਾ ਸਾਇੰਸਦਾਨ, ਬਾਕੀ ਆਹ ਪੰਡਿਤ ਸੀ ਜੇ ਉਹ ਤਾਥੂ ਦੇਖਣ ਵਾਲੇ। ਉਹਨੇ ਸਵਾਲ ਕੀਤਾ ਸੀਗਾ ਵੀ ਉਹਨੂੰ ਪੁੱਛੋ ਬੱਚੇ ਨੂੰ, ਮੁੰਡੇ ਨੂੰ, ਅਤੇ ਜਿਹੜਾ ਹਰਿਆਣੇ ਦਾ ਕੇਸ ਪਲਵਲ ਦਾ ਮੈਂ ਦੱਸਿਆ, ਵੀ ਤੈਨੂੰ ਭੁੱਖ ਲੱਗਦੀ ਸੀ? ਉਹ ਕਹਿੰਦਾ ਹਾਂ ਮੈਂ ਲੱਗਦੀ ਸੀ ਮਰਨ ਤੋਂ ਬਾਅਦ। ਅਤੇ ਕੀ ਖਾਂਦਾ ਸੀ? ਉਹ ਕਹਿੰਦਾ ਮੈਂ ਬਰਫੀ ਬੁਰਫੀ ਫਰਿੱਜ 'ਚੋਂ ਕੱਢ ਕੇ ਖਾ ਲੈਂਦਾ ਸੀ। ਆਹ ਮਤਲਬ ਇਹਨਾਂ ਚੀਜ਼ਾਂ 'ਤੇ ਯਕੀਨ ਨਹੀਂ ਹੁੰਦਾ, ਦੇਖੋ ਯਕੀਨ ਕਰਨਾ ਤਾਂ ਬੜਾ ਔਖਾ ਆ। ਤੇ ਬਾਕੀ ਮਤਲਬ ਜੇ ਉਹ ਇੱਦਾਂ ਦਾ ਕੇਸ ਕੋਈ ਸੁਣੀਦੇ ਆ, ਤੇ ਉਹ ਕਦੇ ਅਸੀਂ 20-25 ਸਾਲਿਆਂ ਬਾਅਦ ਇੱਦਾਂ ਦਾ ਕੋਈ ਫਾਰਮੂਲਾ ਕੱਢ ਕੇ ਕੋਈ ਨਾ ਕੋਈ ਲੈ ਆਉਂਦਾ, ਤੇ ਉਹ ਜ਼ਿਆਦਾ ਜਿਹੜੇ ਇੱਦਾਂ ਦੇ ਫਾਰਮੂਲੇ ਹੁੰਦੇ ਹੁੰਦੇ ਵੀ ਹਿੰਦੁਸਤਾਨ ਦੇ ਵਿੱਚ ਹੀ ਆ। ਹਾਂਜੀ, ਇਹ ਤਾਂ ਹੁਣ ਪੰਜਾਬ 'ਚ ਲੱਗੇ ਹੋਏ ਨੇ, ਤਰਕਸ਼ੀ ਵਾਲੇ ਬਸੇਰੇ ਲੱਗੇ ਹੋਏ ਨੇ।
ਪਰ ਕਿੱਥੇ ਬਾਹਰਲੇ ਮੁਲਕਾਂ ਵਿੱਚ ਤਾਂ ਅਸੀਂ ਕਦੇ ਸੁਣਿਆ ਨਹੀਂ ਵੀ ਇੱਦਾਂ ਦੀ ਕੋਈ ਖਬਰਸਾਰ ਹੋਵੇ। ਤੇ ਮੈਂ ਤਾਂ ਤੁਹਾਨੂੰ ਗੱਲ ਸਿਰੇ ਲਾਤੀ ਜੋ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਹੀ ਕਹਿੰਦਾ ਸਹੀ ਬਿਲਕੁਲ ਸਹੀ ਹੈ ਜੀ ਬਿਲਕੁਲ ਸਹੀ ਆ। ਬਾਕੀ ਤਾਂ ਮੈਂ ਕਹਿ ਨਹੀਂ ਸਕਦਾ ਬਾਕੀ ਕੀ ਰਹਿ ਗਿਆ ਪ੍ਰਾਈਮ ਮਿਨਿਸਟਰ ਹੀ ਬਾਕੀ ਕੁਛ ਮਹੱਤਵ ਨਹੀਂ ਆ ਬਾਕੀ ਵੀ ਡਿੱਗ ਸਕਦੇ ਆ। ਇਹ ਤਾਂ ਜੀ ਪਤਾ ਹੀ ਆਪਾਂ ਨੂੰ ਕੀ ਕੁਛ ਫਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਬੁਰਾ ਹਾਲ ਹੋਇਆ ਪਿਆ। ਚਲੋ ਥੈਂਕ ਯੂ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਚੀਜ਼ਾਂ ਦਾ ਕੋਈ ਅਰਥ ਨਹੀਂ ਹੈਗਾ, ਬਾਣੀ ਦੇ ਵਿੱਚ ਬਿਲਕੁਲ ਸਪਸ਼ਟ ਲਿਖਿਆ ਹੈ ਹਰ ਚੀਜ਼। ਠੀਕ ਹੈ ਜੀ ਚਲੋ। ਤੇ ਅਸੀਂ ਗੁਰਬਾਣੀ ਨੂੰ ਮੰਨਣ ਵਾਲੇ ਇਨਸਾਨ ਆ, ਗੁਰਬਾਣੀ ਤੇ ਵਿਸ਼ਵਾਸ ਆ, ਅਟੁੱਟ ਵਿਸ਼ਵਾਸ ਆ ਜੀ। ਚਲੋ ਥੈਂਕ ਯੂ ਜੀ, ਬਹੁਤ ਮਿਹਰਬਾਨੀ। ਹਾਂਜੀ ਧੰਨਵਾਦ, ਬਹੁਤ ਮਿਹਰਬਾਨੀ ਚੰਦ ਸਾਹਿਬ, ਬਹੁਤ ਮਿਹਰਬਾਨੀ ਜੀ। ਸਰਦਾਰ ਸੁਰਿੰਦਰ ਸਿੰਘ ਜੀ। ਹਾਂਜੀ ਜਗਤਾਰ ਸਿੰਘ, ਕੀ ਹਾਲ ਚਾਲ ਹੈ? ਬਹੁਤ ਕਿਰਪਾ ਜੀ ਕਿਰਪਾ। ਹਾਂਜੀ ਦੇਖੋ ਜੀ, ਇਹ ਪੰਜ ਰਤਾਂ ਵਾਲਾ ਕੱਟਾ ਉਹ ਵੀ ਇੰਡੀਆ ਚ ਜੰਮਦਾ ਤੇ ਪੁਨਰ ਜਨਮ ਵੀ ਇੰਡੀਆ ਚ ਹੁੰਦਾ ਤੇ ਬਾਬੇ ਬਾਹਰ ਵੀ ਇੰਡੀਆ ਚ ਘੱਲਦੇ ਆ। ਹਾਂਜੀ ਬਾਹਰ ਵੀ ਹੁਣ ਤੱਕ ਕੰਮ ਚੱਲ ਪਿਆ ਬਾਬਾ। ਸਾਡੇ ਪਿੰਡ ਇੱਦਾਂ ਗੱਲਾਂ ਚੱਲਦੀਆਂ, ਫਲਾਨਾ ਸਾਹਿਬ ਜੀ ਭੇਜਦਾ। ਮੈਂ ਕਿਹਾ ਭਾਈ ਮੈਂ ਮਨ ਦਾ ਭੇਜੇ ਉਹ ਨਾ ਪਾਸਪੋਰਟ ਬਣਾਉਣਾ, ਨਾ ਕੋਈ ਪੈਸਾ ਕਿਸੇ ਦੇਣਾ, ਨਾ ਕਿਹੜੇ ਪੈਸਾ ਲੈਣ ਜਾਣਾ। ਇਹ ਦੱਸੋ ਤੇ ਉਹ ਭੇਜੇ ਦਾ ਮਾਰ ਲਓ ਤਲਵਾਰ ਤੇ ਮੇਰਾ ਸਿਰ ਵੱਢ ਲਿਓ। ਆਹੋ ਉਹੀ ਅੱਜ ਕੱਲ ਬੜਾ ਹਾਈਲਾਈਟ ਹੋਇਆ ਬਾਬਾ ਉਹ। ਆਹੋ ਤੇ ਉਹ ਤਾਂ ਹੁਣ ਹੋਇਆ ਨਾ, ਮੈਂ ਤਾਂ ਬਹੁਤ ਚਿਰਾਂ ਦੀ ਗੱਲ ਕਰਦਾ। ਉਹ ਫਲਾਨੇ ਬਾਬੇ ਨੇ ਜੀ ਸਾਡੇ ਮੁੰਡਾ ਜੰਮ ਪਿਆ ਉੱਥੇ ਗਏ ਜੀ ਉਹ ਕਿਡਨੀ ਦਾ ਰੋਗ ਠੀਕ ਕਰਤਾ ਜੀ, ਜਾ ਕੇ ਦੇਖੋ ਉੱਥੇ ਬੜਾ ਕੰਮ ਕਰਾ। ਤੁਸੀਂ ਹੋਰ ਦੇਖੀ ਜੱਗੀ, ਤੂੰ ਕਹਿੰਦਾ ਪਾਣੀ ਖੜ ਕੇ ਨਾ ਪੀਓ ਗੁਰਦੇ ਜਾਂਦੇ, ਤੂੰ ਕਹਿੰਦਾ ਪਾਣੀ ਖੜ ਕੇ ਪੀਓ ਸਾਰੇ ਡਾਕਟਰ ਨੇ ਸੋਸ਼ਲ ਮੀਡੀਆ ਤੇ। ਇੱਕ ਕਹਿੰਦਾ ਹਲਦੀ ਨਾ ਖਾਓ, ਦੂਆ ਕਹਿੰਦਾ ਹਲਦੀ ਖਾ ਲਈ ਤਾਂ ਤੁਹਾਡੇ ਤਾਂ ਅੰਦਰ ਜ਼ਖਮ ਪੈ ਜਾਣੇ ਆ। ਪਤਾ ਨੀ ਕਿੰਨਾ ਕੁ ਡਾਕਟਰ, ਕੱਲ ਤੁਸੀਂ ਇਹੀ ਪਿਛਾ ਲਿਆ ਸੀਗੇ ਤਾਂ ਬਸ ਚੁੱਪੇ ਪੱਲੀ ਬਰਾਬਰ ਸਦਾਈ ਕਰ ਦੇਣੀ ਦੁਨੀਆ। ਠੀਕ ਹੈ ਠੀਕ ਹੈ ਜੀ ਠੀਕ ਹੈ। ਇਸ ਕੰਮ ਨੇ ਹੈ ਨਾ, ਇਸ ਕੰਮ ਨੇ ਸਦਾਈ ਕਰ ਦੇਣੀ ਦੁਨੀਆ। ਬਿਲਕੁਲ, ਕਹਿੰਦੇ ਹਰ ਪਾਸੇ ਹੀ ਸ਼ੋਰ ਬੜਾ ਹੈ, ਬੰਦਾ ਕਿਉਂ ਕਮਜ਼ੋਰ ਬੜਾ ਹੈ ਜੀ। ਹਰ ਪਾਸੇ ਹੀ ਜ਼ੋਰ ਬੜਾ, ਬੰਦਾ ਕਿਉਂ ਕਮਜ਼ੋਰ ਬੜਾ ਹੈ? ਬੀਬਾ ਹਰ ਕੋਈ ਲੱਗਦਾ ਪਰ ਬੇਈਮਾਨੀ ਦਾ ਜ਼ੋਰ ਬੜਾ ਹੈ। ਉੱਪਰੋਂ ਜਾਪੇ ਸੁਖੀ ਬੜਾ, ਅੰਦਰੋਂ ਪਾਰੇ ਦੁਖੀ ਬੜਾ ਹੈ। ਕੀ ਕਰੀਏ ਬੰਦੇ ਦਾ, ਫਿਰ ਅਸਲੀ ਗੋਰਖ ਧੰਦੇ ਦਾ, ਇਹਦੀ ਕੋਈ ਜ਼ਬਾਨ ਨਹੀਂ ਹੈ, ਭੋਰਾ ਦੀਨ ਮਾਨ ਨਹੀਂ ਹੈ। ਮਾਂ ਕੇ ਮੇਰਾ ਜੱਟ ਹੈ, ਪਿਓ ਕਹਿੰਦਾ ਕੁੱਤੇ ਦਾ ਹੱਟ ਹੈ। ਰੋਜ਼ ਫੁਆੜੇ ਪਾਈ ਜਾਵੇ, ਉਂਗਲਾਂ ਉੱਤੇ ਨਚਾਈ ਜਾਵੇ, ਜਿੱਥੇ ਦੇਖੇ ਲਾਈ ਜਾਵੇ, ਪਾ ਕੇ ਤੇਲ ਮਚਾਈ ਜਾਵੇ। ਲੀੜੇ ਹੀ ਉਹ ਚਿੱਟੇ ਨੇ, ਬਸ ਤਨ ਤੇ ਥਾਂ ਦਾ ਚਿੱਟੇ ਨੇ। ਸਾਧ ਗਾਹ ਵਿੱਚ ਹੋਰ ਚੱਕਾ, ਰੱਬ ਦੇ ਨਾਂ ਤੇ ਕਰਦੇ ਧੱਕਾ। ਦੇਖਣ ਨੂੰ ਸ਼ੈਤਾਨ ਨਹੀਂ ਹੈ, ਕੋਲ ਤੀਰ ਕਮਾਨ ਨਹੀਂ ਹੈ ਜੀ। ਜਿਹਦੇ ਬੱਜੇ ਤਾਂ ਹੀ ਰੋਵੇ, ਕੋਠੇ ਚੜ ਚੜ ਕੇ ਹੀ ਰੋਵੇ। ਧੋਤੀ ਟੋਪੀ ਨੀਲੀ ਚਿੱਟੀ, ਜਿਹਨੂੰ ਪਾ ਕੇ ਜਾਵੇ ਫਿੱਟੀ। ਡੇਰੇ ਬੈਂਚ ਮਹੰਤ ਗਾਇਆ, ਉੱਤੋਂ ਉੱਠ ਕੇ ਸੰਤ ਗਾਇਆ। ਲੱਗਦਾ ਨਹੀਂ ਇਹ ਝੱਗਾ ਬੂਰਾ, ਨਾ ਪਹਿਣ ਨਾ ਝੱਗਾ ਬੂਰਾ। ਬੰਦਾ ਕਿਸੇ ਨੂੰ ਕਹੀਏ ਭੋਰੇ ਕੀ, ਇਹ ਕੌਣ ਮਨੁੱਖ? ਇਸ ਗੱਲ ਦਾ ਭੋਰਾ ਹੈ ਤੇ ਇਹ ਗੱਲ ਦਾ ਦੁੱਖ, ਇਸ ਗੱਲ ਦਾ ਚੋਰਾ, ਇਸ ਗੱਲ ਦਾ ਦੁੱਖ। ਬਹੁਤ ਮਿਹਰਬਾਨੀ ਜੀ। ਜੀ ਸਰਦਾਰ ਗੁਰਦੀਪ ਸਿੰਘ ਜੀ, ਸੁੰਦਰ ਸਾਹਿਬ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜਗਜੀਤ ਸਾਹਿਬ ਜੀ। ਸੁੰਦਰ ਸਾਹਿਬ ਪੰਜਾਬ ਚ ਨਹੀਂ, ਮੇਰਾ ਫਾਰਮ ਹੈਗਾ ਤਕੁਨੀਆ ਜਿੱਥੇ ਕਾਂਡ ਹੋਇਆ ਸੀ। ਅੱਛਾ ਜੀ। ਹਕੀਮਪੁਰ ਖੇਰੀ ਚ, ਤੇ ਉੱਥੇ ਜਿਹੜਾ ਮੇਰਾ ਇੱਕ 10-12 ਸਾਲ ਦਾ ਨੌਕਰ ਸੀ, ਅਸੀਂ ਛੋਟੇ ਮੋਟੇ ਕੰਮਾਂ ਲਈ ਰੱਖਿਆ ਸੀ ਕੂੜੇ ਲਈ ਜੀ। ਤੇ ਉਹ ਕਹਾਣੀ ਸੁਣਾਉਂਦਾ, ਉਹਦਾ ਨਾਂ ਸੀ ਰੰਗੀਲਾ। ਅੱਛਾ ਜੀ। ਉਹਦੇ ਬਾਪ ਦਾ ਨਾਂ ਸੀ ਇਰਸ਼ਾਦ ਅਲੀ ਜੀ, ਮੁਸਲਮਾਨਾਂ ਦਾ ਬੱਚਾ ਸੀ। ਤੇ ਉਹ ਬੜੀ ਉਹਦੀ ਚਰਚਾ, ਬੜੇ ਲੋਕ ਇਕੱਠੇ ਹੋ ਕੇ ਉਹਨੂੰ ਪੁੱਛਦੇ ਹੁੰਦੇ ਰੰਗੀਲੇ ਦੱਸ ਫੇ ਕਿੱਦਾਂ। ਉਹਨੇ ਦੱਸਣਾ ਮੇਰਾ ਸਿੰਘਾਈ ਇੱਕ ਲਾਗੇ ਕਸਬਾ ਹੈਗਾ, ਉੱਥੇ ਮੇਰਾ ਘਰ ਸੀ। ਫਿਰ ਮੈਂ ਉਹਦੇ ਬਾਪ ਨੂੰ ਪੁੱਛਿਆ ਈਸ਼ਦ ਜੀ ਨੂੰ, ਮੈਂ ਕਿਹਾ ਬਈ ਇਹ ਜੋ ਤੇਰਾ ਬੱਚਾ ਏਦਾਂ ਸਾਰੀ ਸਟੋਰੀ ਸੁਣਾਉਂਦਾ ਆ, ਤੇ ਇਹ ਠੀਕ ਆ? ਕਹਿੰਦਾ ਹਾਂ, ਮੈਂ ਪਤਾ ਕੀਤਾ ਸੀ ਉੱਥੇ ਉਹ ਘਰ ਹੈਗਾ ਆ, ਜਿੱਦਾਂ ਜਿੱਦਾਂ ਇਹ ਦੱਸਦਾ ਆ ਉਦਾਂ ਉਦਾਂ ਹੈਗਾ ਆ। ਪਰ ਮੈਂ ਆਪਣੀ ਵਿਚਾਰ ਇਹ ਦਿੰਦਾ ਆ ਕਿ ਮੈਨੂੰ ਬਿਲਕੁਲ ਯਕੀਨ ਨਹੀਂ ਹੋ ਇੱਦਾਂ, ਬਚਪਨ ਤੋਂ ਹੋ ਸਕਦਾ ਉਹਨੂੰ ਉਦਾਂ ਦਾ ਪੜਾਇਆ ਹੋਵੇ ਬੱਚੇ ਨੂੰ, ਦਿਮਾਗ ਚ ਉਦਾਂ ਦਾ ਗੱਲਾਂ ਕਹਾਣੀਆਂ ਪਾਈਆਂ ਹੋਣ ਤਾਂ ਉਹੀ ਉਹ ਗੱਲਾਂ ਕਰਦਾ ਹੈ। ਬਿਲਕੁਲ ਜੀ ਬਿਲਕੁਲ। ਉਹ ਰੰਗੀਲੇ ਦੀ ਗੱਲ ਸਾਨੂੰ ਬੱਚੇ, ਮੇਰੇ ਬੱਚੇ ਵੀ ਇਕੱਠੇ ਹੋ ਕੇ ਉਹਨੂੰ ਪੁੱਛਦੇ ਰਹਿੰਦੇ ਰੰਗੀਲੇ ਕਿੱਦਾਂ ਕਿੱਦਾਂ ਬੜਾ ਸ਼ੁਭ ਲਿਆ ਹੁੰਦਾ ਰਹਿੰਦਾ ਸੀ, ਪਰ ਉਹ ਆਪਣੀ ਕਹਾਣੀ ਦੱਸਦਾ ਸੀ। ਅੱਛਾ, ਦੂਜੀ ਗੱਲ ਇਹ ਹੈ ਕਿ ਮੈਂ ਥੋੜਾ ਜਿਹਾ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਬੋਲਣਾ ਚਾਹੁੰਦਾ ਜੀ। ਧੀਰ ਸਾਹਿਬ ਦੀ ਕਾਲ ਜਿਹੜੀ ਆ ਉਹ ਹੁੰਦੀ ਆਖਰੀ ਸੈਗਮੈਂਟ ਦੇ ਵਿੱਚ, ਤੇ ਕਾਲਾਂ ਆਪਣੇ ਕੋਲ ਧੀਰ ਸਾਹਿਬ ਦੀ ਹੈਗੀ ਆ, ਸੁੰਦਰ ਸਾਹਿਬ ਦੀ ਵੀ ਹੈਗੀ ਆ, ਫਟਾਫਟ ਕਾਲਾਂ ਆਪਾਂ ਲੈ ਲੈਂਦੇ ਹਾਂ ਜੀ। ਸੁੰਦਰ ਸਾਹਿਬ ਕਰੋ ਗੱਲ ਕੰਪਲੀਟ, ਲੇਕਿਨ ਟਾਈਮ ਥੋੜਾ ਦੇਖਿਓ ਧਿਆਨ। ਹਾਂਜੀ। ਇੱਕ ਸਮਾਂ ਸੀ ਦੁਨੀਆਂ ਦੇ ਸਾਰੇ ਹੀ ਬਾਦਸ਼ਾਹ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਦੇ ਕੋਲੋਂ ਕਰਜ਼ਾ ਲੈ ਕੇ ਕਰਜ਼ਾ ਹੀ ਹੋ ਚੁੱਕੇ ਸੀ। ਅੱਛਾ ਜੀ। ਤੇ ਜੇ ਕਰਜ਼ਾ ਨਹੀਂ ਸੀ ਲਿਆ ਤਾਂ ਉਹ ਸਨ ਇਹ ਦੋ ਸ਼ੇਰ, ਮਹਾਰਾਜਾ ਰਣਜੀਤ ਸਿੰਘ ਤੇ ਨੈਪੋਲੀਅਨ। ਅੱਛਾ ਜੀ। ਨੈਪੋਲੀਅਨ। ਅੱਛਾ ਜੀ। ਵਾਹ। ਸ਼ੇਰੇ ਪੰਜਾਬ ਰਣਜੀਤ ਸਿੰਘ ਦਾ ਆਪਣਾ ਏਡਾ ਵੱਡਾ ਖਜ਼ਾਨਾ ਸੀ, ਆਪਣੀ ਆਰਥਿਕ ਹਾਲਤ ਇੰਨੀ ਵੱਡੀ ਸੀ ਕਿ 36-36 ਲੱਖ ਦੇ ਹੀਰਿਆਂ ਦੇ ਹਾਰ ਤਾਂ ਉਹਨਾਂ ਦੇ ਘੋੜਿਆਂ ਦੇ ਪਾਏ ਹੋਏ ਸਨ ਉਸ ਸਮੇਂ। ਹਾਂਜੀ। ਉਹਨੂੰ ਕਿਸੇ ਤੋਂ ਕਰਜ਼ਾ ਲੈਣ ਦੀ ਕੀ ਲੋੜ ਸੀ? ਇਸ ਲਈ ਉਹਨਾਂ ਨੇ ਇੰਨੀ ਵਧੀਆ ਆਰਥਿਕ ਦਸ਼ਾ ਦੇ ਸਹਾਰੇ ਵਧੀਆ ਰਾਜ ਚਲਾ ਲਿਆ। ਉਹਨਾਂ ਦੀ ਐਜੂਕੇਸ਼ਨ ਸਿਸਟਮ ਉਹਦੇ ਰਾਜ ਵਿੱਚ ਕਿੰਨਾ ਵਧੀਆ ਸੀ, ਕਿਵੇਂ ਦੇ ਵਿਗਿਆਨੀ ਪੈਦਾ ਕੀਤੇ, ਕਿਵੇਂ ਦੇ ਯੋਧੇ ਪੈਦਾ ਕੀਤੇ, ਕਿਵੇਂ ਦੇ ਸਕਾਲਰ ਪੈਦਾ ਕੀਤੇ, ਨੀਤੀਆਂ ਨੂੰ ਸਮਝਣ ਵਾਲੇ ਨੀਤੀ ਕਾਰਡ ਪੈਦਾ ਕੀਤੇ ਜੋ ਅੰਗਰੇਜ਼ਾਂ ਦੀਆਂ ਨੀਤੀਆਂ ਨੂੰ ਸਮਝਦੇ ਸੀ। ਥੈਂਕ ਯੂ ਜੀ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਸਰਦਾਰ ਗੁਰਮੇਲ ਸਿੰਘ ਜੀ ਧੀਰ ਸਾਹਿਬ, ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਸਰ। ਹਾਂਜੀ ਸਰਦਾਰ ਜਗਤਾਰ ਸਿੰਘ ਜੀ, ਸਤਿ ਸ੍ਰੀ ਅਕਾਲ ਤੇ ਸਾਰੇ ਭੈਣਾਂ ਭਰਾਵਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ ਸਰ, ਸਵਾਗਤ। ਹਾਂਜੀ, ਕੀ ਵਿਚਾਰ? ਅੱਜ ਤੁਹਾਨੂੰ ਚਾਹੀਦਾ ਸੀ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦੀ ਪਰਸੀ ਸੀ, ਉਹਨਾਂ ਬਾਰੇ ਸਾਰੀ ਗੱਲਬਾਤ ਕਰਨੀ ਚਾਹੀਦੀ ਸੀ ਤੁਹਾਨੂੰ। ਉਹ ਮੈਨੂੰ ਲੱਗਿਆ ਆਪਾਂ ਵੀ ਆਪਾਂ ਉਹਨਾਂ ਦਾ ਜਨਮ ਜਦੋਂ ਹੁੰਦਾ ਪਹਿਲਾਂ 27 ਜੂਨ 1839 ਨੂੰ, 13 ਨਵੰਬਰ 1780 ਨੂੰ ਜਨਮ ਹੋਇਆ ਸੀ, 13 ਨਵੰਬਰ। ਉਹ ਮੈਨੂੰ ਲੱਗਿਆ ਵੀ ਆਪਾਂ ਪਹਿਲਾਂ ਉਦੋਂ ਕਾਫੀ ਡਿਟੇਲ ਚ ਕਰਤਾ ਸੀਗਾ ਵੀ ਚਲੋ ਹੁਣ ਫਿਰ ਅਗਲੀ ਵੇਰ ਕਰ ਲਾਂਗੇ ਜਨਮ ਦਿਨ ਤੇ। ਨਹੀਂ, ਉਹਨਾਂ ਦੀਆਂ ਤਾਂ ਗੱਲਾਂ ਇੰਨੀਆਂ ਵਿਸ਼ਾਲ ਨੇ ਨਾ ਕਿ ਜਿੰਨਾ ਤੁਸੀਂ ਉਹਨਾਂ ਨੂੰ ਪੜਚੋਲ ਕਰੋ, ਉਹਨਾਂ ਨੂੰ ਪੜ੍ਹੋ, ਤੁਹਾਨੂੰ ਅੱਗੇ ਦੀ ਅੱਗੇ ਪਤਾ ਚੱਲਦਾ। ਬਿਲਕੁਲ ਜੀ। ਉਹ ਤਾਂ ਧੀਰ ਸਾਹਿਬ ਆਪਾਂ ਕਦੇ ਵੀ ਆਪਾਂ ਕਰ ਸਕੋ, ਇਹੋ ਜਿਹੇ ਬੰਦੇ ਜਿਹੜੇ ਸਾਡੇ ਯੋਧੇ ਨੇ ਉਹਨਾਂ ਦਾ ਰਾਜੇ ਮਹਾਰਾਜੇ, ਉਹ ਤਾਂ ਕਦੇ ਵੀ ਕਰ ਸਕਦੇ ਹਾਂ ਜੀ। ਤੇ ਉਹਨਾਂ ਦੇ ਦਿਨੇ ਅੱਜ ਦਿਨ ਗੱਲ ਕਰਿਆ ਕਰੋ ਤੇ ਪੂਰਾ ਟੌਪਿਕ ਹੋਣਾ ਚਾਹੀਦਾ। ਅੱਛਾ, ਮੈਂ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਤਮਾ ਦਾ ਜ਼ਿਕਰ ਬਾਰ ਬਾਰ ਆਉਂਦਾ। ਅੱਛਾ ਜੀ। ਔਰ ਆਤਮਾ ਹੈ ਵੀ ਆ ਜੀ। ਤੇ ਬਾਕੀ ਇਹ ਜਿਹੜਾ ਨਾ ਤੁਸੀਂ ਕੀ ਕਿਹਾ ਵੀ ਇਹ
ਪੁਨਰ ਜਨਮ ਇਹ ਸਿੱਖ ਧਰਮ ਦੇ ਖਿਲਾਫ ਆ। ਹਾਂਜੀ, ਪਰ ਜਿੰਨੇ ਹੁਣ ਮੈਂ ਕੇਸ ਦੇਖੇ ਜੀ, ਜਿੰਨੇ ਮੈਂ ਵੀਡੀਓ ਪੰਜਾਬ ਦੇ ਦੇਖੇ ਆ, ਉਹ ਬਿਲਕੁਲ ਸਾਫ ਸੁਥਰ ਸਿੱਖ ਨੇ ਪਰਿਵਾਰ, ਜਿਹਨਾਂ ਦੇ ਇਹ ਸਾਰੀਆਂ ਵੀਡੀਓ ਆਈਆਂ ਸਾਹਮਣੇ। ਕੀ ਕਰੀਏ ਜਿਹੜੇ ਹੁਣ ਇੱਥੇ ਸਾਡਾ ਹੁਣ ਕੀ ਕੀਤਾ ਜਾਵੇ? ਸਾਡੇ ਗੁਰੂ ਸਾਹਿਬ ਨੇ ਤਾਂ ਬੜਾ ਸੋਹਣਾ ਨਿਰਮਲਾ ਪੰਥ ਬਣਾਇਆ ਸੀ, ਖਾਲਸਾ ਪੰਥ ਸਾਧਿਆ ਸੀ, ਪਰ ਅਸੀਂ ਰਾਹੇ ਪਏ ਹੋਏ ਹਾਂ ਜੀ ਜੀ। ਹਾਂਜੀ, ਅੱਛਾ ਮੈਂ ਤੁਹਾਨੂੰ ਹੁਣ ਗੱਲ ਕਰਨੀ ਚਾਹੁੰਦਾ ਮਹਾਰਾਜਾ ਰਣਜੀਤ ਸਿੰਘ ਦੀ, ਇੱਕੋ ਹੀ ਗੱਲ ਕਰੂੰਗਾ ਜੀ। ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਬਹੁਤ ਹੀ ਨਿਡਰ ਤੇ ਬਹੁਤ ਹੀ ਦਲੇਰ ਤੇ ਬਹੁਤ ਹੀ ਬਹਾਦਰ ਸਨ। ਹਾਂਜੀ, ਇਹਨਾਂ ਨੇ 1809 ਦੇ ਵਿੱਚ ਦੇਖੋ ਅੰਗਰੇਜ਼ਾਂ ਨੇ ਕਿਸੇ ਵੀ ਹੋਰ ਬਾਕੀ ਰਾਜੇ ਮਹਾਰਾਜਿਆਂ ਨਾਲ ਸੰਧੀ ਨਹੀਂ ਕੀਤੀ, ਲੇਕਿਨ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ 1809 ਦੇ ਵਿੱਚ ਸੰਧੀ ਕੀਤੀ ਜੀ। ਠੀਕ ਹੈ, ਕਿਉਂ ਕੀਤੀ? ਕਿਉਂ ਕੀਤੀ ਕਿ ਉਹਨਾਂ ਨੂੰ ਪਤਾ ਸੀ ਵੀ ਇਹਦੀ ਫੌਜ ਬੜੀ ਦਲੇਰ ਆ ਤੇ ਇਹ ਆਪ ਬੜਾ ਬਹਾਦਰ ਆ, ਇਹ ਜਰਨੈਲ ਬੜੇ ਬਹਾਦਰ ਨੇ। ਹੁਣ 1818 ਦੇ ਵਿੱਚ ਸੰਧੀ ਇਹ ਕੀਤੀ ਸੀ 1809 ਦੇ ਵਿੱਚ ਵੀ ਜੇ ਮਹਾਰਾਜਾ ਰਣਜੀਤ ਸਿੰਘ ਸਾਡੇ ਅੰਗਰੇਜ਼ੀ ਰਾਜ ਦੇ ਵਿੱਚ ਲੁਧਿਆਣੇ ਆ ਕੇ ਹਮਲਾ ਕਰੇ ਤੇ ਅਸੀਂ ਇਹਨਾਂ ਅਸੀਂ ਹਮਲਾ ਸਮਝਾਂਗੇ ਵੀ ਸਾਡੇ ਤੇ ਹਮਲਾ ਕੀਤਾ ਤੇ ਅਸੀਂ ਫਾਇਟ ਕਰਾਂਗੇ। ਅੱਛਾ, ਜੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਇਲਾਕੇ ਦੇ ਫਲੌਰ ਵੱਲ ਜਾਵਾਂਗੇ ਤਾਂ ਇਹ ਮਹਾਰਾਜਾ ਰਣਜੀਤ ਸਿੰਘ ਸਮਝੂਗਾ ਮੇਰੇ ਤੇ ਇਹਨਾਂ ਨੇ ਹਮਲਾ ਕਰ ਦਿੱਤਾ ਤੇ ਜੰਗ ਸ਼ੁਰੂ। ਹਾਂਜੀ, ਅੱਛਾ ਹੁਣ ਤੁਸੀਂ ਦੇਖੋ 1818 ਦੇ ਵਿੱਚ ਜਿਹੜੇ ਮਹਾਰਾਜਾ ਸੀ ਪਟਿਆਲੇ ਦਾ ਸਾਹਿਬ ਸਿੰਘ, ਉਹਦੀ ਆਪਣੀ ਪਤਨੀ ਸੱਦ ਕੌਰ ਦੇ ਨਾਲ ਝਗੜਾ ਹੋ ਗਿਆ। ਝਗੜਾ ਇਹ ਹੋਇਆ ਕਿ ਸੱਦ ਕੌਰ ਮਹਾਰਾਜਾ ਸਾਹਿਬ ਸਿੰਘ ਦੀਆਂ 5 ਰਾਣੀਆਂ ਸੀ। ਅੱਛਾ, ਤੇ ਸੱਦ ਕੌਰ ਕਹਿੰਦੀ ਵੀ ਜਿਹੜਾ ਮੇਰਾ ਬੱਚਾ ਇਹ ਵੱਡੀ ਰਾਣੀ ਸੀ ਕਰਮ ਸਿੰਘ, ਵੀ ਤੂੰ ਇਹਨੂੰ ਹੁਣ ਮਹਾਰਾਜਾ ਐਲਾਨ ਕਰ ਦੇ। ਉਹ ਕਹਿੰਦਾ ਇਹ ਨੀ ਹੋਣਾ, ਸਾਹਿਬ ਸਿੰਘ ਕਹਿੰਦਾ। ਤੇ ਇੱਥੋਂ ਇਹਨਾਂ ਦਾ ਝਗੜਾ ਹੋ ਗਿਆ। ਸੱਦ ਕੌਰ ਨੇ ਆਪਣਾ ਸੁਨੇਹਾ ਭੇਜਿਆ ਮਹਾਰਾਜਾ ਰਣਜੀਤ ਸਿੰਘ ਨੂੰ, ਦੂਰੋਂ ਮਹਾਰਾਜਾ ਰਣਜੀਤ ਸਿੰਘ ਉਹਦਾ ਰਿਸ਼ਤੇਦਾਰ ਸੀ। ਹਾਂਜੀ, ਤੇ ਫਿਰ ਮਹਾਰਾਜਾ ਰਣਜੀਤ ਸਿੰਘ ਵਿੱਚ ਚੜਿਆ ਫਿਰ ਪੰਜਾਬ ਦਾ ਸ਼ੇਰੇ ਪੰਜਾਬ, ਉਹਨੇ ਨੀ ਦੇਖਿਆ ਸੰਧੀ ਸੁੰਧੀ ਨੂੰ, 20,000 ਫੌਜ ਲੈ ਕੇ ਲੁਧਿਆਣੇ ਅੰਗਰੇਜ਼ਾਂ ਦੀ ਬੜੀ ਤਕੜੀ ਫੌਜ ਬੈਠੀ ਸੀ, ਉਹਨਾਂ ਦੀ ਫੌਜ ਕੋਲ ਦੀ ਗੂੰਜਦਾ ਹੋਇਆ ਪਟਿਆਲੇ ਜਾ ਪਹੁੰਚਿਆ। ਹਾਂਜੀ, ਤੇ ਇਹਨਾਂ ਨੇ ਫਿਰ ਜਿਹੜੇ ਸੀ ਵਾਇਸਰਾਏ ਸੀ ਡੰਡਲ ਨੂੰ ਚਿੱਠੀਆਂ ਪਾਈਆਂ, ਫਟਾਫਟ ਚਿੱਠੀਆਂ ਪਾਈਆਂ ਬੜੀ ਤੇਜ਼ ਤਰਾਰ ਵੀ ਸਾਡੇ ਇਲਾਕੇ ਵਿੱਚ ਰਣਜੀਤ ਸਿੰਘ ਆ ਵੜਿਆ, ਅਸੀਂ ਕੀ ਕਰੀਏ? ਉਹ ਕਹਿੰਦੇ ਨਾ ਅਸੀਂ ਇੱਥੇ ਹਮਲਾ ਕਰ ਦਈਏ। ਨਾ, ਇਹਦੇ ਤੇ ਹਮਲਾ, ਲੰਡਨ ਤੋਂ ਹੁਕਮ ਆਇਆ ਇਹਦੇ ਤੇ ਹਮਲਾ ਨਾ ਕਰਿਓ, ਜੇ ਇਹਦੇ ਤੇ ਹਮਲਾ ਕਰਤਾ ਤੁਸੀਂ ਇਹ ਸਾਡੇ ਹਿੰਦੁਸਤਾਨ ਦੇ ਵਿੱਚੋਂ ਪੈਰ ਪੁੱਟ ਦੂ। ਜੀ ਜੀ ਬਿਲਕੁਲ ਬਿਲਕੁਲ, ਇਹਦੀ ਫੌਜ ਬੜੀ ਬਹਾਦਰ ਆ ਤੇ ਮਹਾਰਾਜ ਇਹ ਆਪੇ ਵਾਪਸ ਚਲੇ ਜਾਊਗਾ। ਉੱਥੇ ਮਹਾਰਾਜਾ ਰਣਜੀਤ ਸਿੰਘ 2 ਮਹੀਨੇ ਰਿਹਾ, ਉਹਨਾਂ ਦਾ ਸਮਝੌਤਾ ਕਰਵਾ ਤਾ ਵੀ 1,00,000 ਰੁਪਇਆ ਪੈਨਸ਼ਨ ਦਿੱਤੀ ਜਾਵੇ ਸੱਦ ਕੌਰ ਨੂੰ। ਪ੍ਰੋਗਰਾਮ ਦਾ ਜਿਹੜਾ ਜੀ ਮੈਨੂੰ ਮੈਨੇਜਮੈਂਟ ਵੱਲੋਂ ਹੁਕਮ ਟੈਕਨੀਕਲ ਦਾ ਕਰਕੇ ਥੋੜੇ 2-3 ਮਿੰਟ ਪਹਿਲਾਂ ਖਤਮ ਕਰਨਾ ਪੈਂਦਾ। ਚਲੋ,
ਉਮੀਦ ਕਰਦਾ ਪ੍ਰੋਗਰਾਮ ਤੁਹਾਨੂੰ ਠੀਕ ਲੱਗਿਆ ਹੋਊਗਾ ਜੀ। ਕਿਸੇ ਵੀ ਗੱਲਬਾਤ ਲਈ ਕੋਈ ਵੀ ਐਡ ਦੇਣੀ ਆ, ਕੋਈ ਕਮਿਊਨਿਟੀ ਦੀ ਖਬਰ ਦੇਣੀ ਚਾਹੁੰਦੇ ਹੋ ਜਿਹੜੀ ਕਿ ਕੋਈ ਪੈਸਾ ਨਹੀਂ ਲੱਗਦਾ, ਕੋਈ ਬਿਜ਼ਨਸ ਦੀ ਐਡ ਲਾਈਵ ਕਰਾਉਣਾ, ਬਿਕਰ ਬਾਦਸ਼ਾਹ ਦਾ ਪ੍ਰੋਗਰਾਮ ਕਰਾਉਣਾ ਬਿਜ਼ਨਸ 'ਤੇ, ਤਾਂ ਈਮੇਲ ਕਰ ਸਕਦੇ ਹੋ jaggi@justbroadcasting.com ਜਾਂ ਫਿਰ info@justbroadcasting.com, ਫੇਸਬੁੱਕ, ਟਵਿੱਟਰ, ਵਟਸਐਪ ਨੰਬਰ 'ਤੇ ਮੇਰਾ ਸੈੱਲ ਨੰਬਰ 209-450-3362, ਕਿਤੇ ਵੀ ਸੰਪਰਕ ਕਰ ਸਕਦੇ ਹੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।